ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਨਿਰਵਾਰੇ ਪੁਰਖ ਗੁਰੂ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਤਿਹਾਏ ਅਜੂਨੀ ਤੇਗ ਬਹਾਦਰ ਰਾਏ ਸਹਿ ਭੰਗ ਸ੍ਰੀ ਦਸ਼ਮੇਸ਼ ਸਹਾਏ ਗੁਰਪ੍ਰਸਾਦ ਗੁਰੂ ਗ੍ਰੰਥ ਗਿਆਨਾ ਵਾਹਿਗੁਰੂ ਬੰਧਨ ਭਗਵਾਨਾ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਸਰੈ ਤਾਂ ਸਭ ਕੋ ਲਾਗੂ ਚੀਤਾ ਵੈ ਤਾਂ ਸੇਵਾ ਅਵਰ ਨਾ ਕੋ ਦੂਜਾ ਸੂਜੈ ਸੱਚ ਅਲਖ ਭੇਵਾ
ਕੀਤਾ ਵੈ ਤਾਂ ਸਦਾ ਦਿਆਲਾ ਲੋਗਣ ਕਿਆ ਵਿਚਾਰੇ। ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਸਗਲੇ ਜੀ ਤੁਮਾਰੇ। ਤੇਰੀ ਟੇਕ ਤੇਰਾ ਆਧਾਰਾ, ਹੱਥ ਦੇ ਤੂੰ ਰਾਖੈ। ਜਿਸ ਜਨ ਉੱਪਰ ਤੇਰੀ ਕਿਰਪਾ, ਤਿਸ ਨੂੰ ਬਿਪ ਨ ਕੋ ਭਾਖੈ। ਉਹ ਸੁਖ ਉਹਾ ਵਡਿਆਈ, ਜੋ ਪ੍ਰਭ ਜੀ ਮਨ ਭਾਣੀ। ਤੂੰ ਦਾਨਾ ਤੂੰ ਸਦ ਮਿਹਰਬਾਨਾ, ਨਾਮ ਮਿਲੈ ਰੰਗ ਬਾਣੀ। ਤੁਦੇ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਮ ਨਾ ਜਾਣੇ ਮੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਮ ਨਾ ਜਾਣੇ ਮੇਰਾ, ਕਹੋ ਨਾਨਕ, ਕੋਈ ਨਾਮ ਨਾ ਜਾਣੇ ਮੇਰਾ, ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆਈ। ਕੋਈ ਨਾਮ ਨਾ ਜਾਣੇ, ਕਹੁ ਨਾਨਕ ਸਭ ਤੇਰੀ ਵਡਿਆਈ। ਕੋਈ ਨਾਮ ਨਾ ਜਾਣੇ ਮੇਰਾ, ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਹਿਬ ਸਿੰਘ ਜੀ, ਦੂਰੋਂ ਨੇੜਿਓਂ ਚੱਲ ਕੇ ਉਦਮ ਪ੍ਰਸ਼ਾਰਥ ਕਰਕੇ, ਮਨ ਵਿੱਚ ਸ਼ਰਧਾ ਅਤੇ ਪ੍ਰੇਮ ਲੈ ਕੇ ਮਹਾਂਪੁਰਸ਼ਾਂ ਦੇ ਪਵਿੱਤਰ ਅਸਥਾਨ 'ਤੇ ਪਹੁੰਚ ਕੇ, ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਕਾਫੀ ਸਮੇਂ ਤੋਂ ਤੁਰਕੀ ਬਾਣੀ, ਰੱਬੀ ਬਾਣੀ, ਅਲਾਹੀ ਬਾਣੀ, ਖਸਮ ਕੀ ਬਾਣੀ, ਗੋਬਿੰਦ ਕੀ ਬਾਣੀ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵ ਡਵਰ ਨ ਕੋਏ, ਪਾਪ ਨਾਸ਼ਕ ਅਤੇ ਸ਼ਾਂਤਦਾਇਕ ਗੁਰਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰਕੇ ਸਾਡੇ ਤੋਂ ਪਹਿਲਾਂ ਭਾਨਰੀ ਵਾਲੇ ਮਹਾਂਪੁਰਸ਼ ਬਾਬਾ ਹਰੀ ਸਿੰਘ ਜੀ, ਬਾਬਾ ਜੰਗ ਸਿੰਘ ਜੀ, ਉਹਨਾਂ ਤੋਂ ਆਪ ਜੀ ਨੇ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ। ਬਾਕੀ ਜੋ ਰਹਿੰਦਾ ਸਮਾਂ ਹੈ ਉਹਨੂੰ ਵੀ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਹਰਕੀਆਂ ਕਥਾ ਕਹਾਣੀਆਂ ਕਰਕੇ ਅਤੇ ਸੁਣ ਕੇ ਆਪਣੇ ਸਮੇਂ ਨੂੰ ਅਤੇ ਸਵਾਸਾਂ ਨੂੰ ਲੇਖੇ ਵਿੱਚ ਲਾਉਣਾ ਹੈ। ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ ਜੀ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਤਿਸੰਗ ਜੀ, ਇਹ ਸਾਵਣ ਦਾ ਮਹੀਨਾ ਚੱਲ ਰਿਹਾ ਹੈ। ਤਕਰੀਬਨ ਅੱਜ 9 ਸਾਵਣ ਹੈ। ਸਾਵਣ ਉਹਨੂੰ ਕਹਿੰਦੇ ਨੇ ਕਿ ਇੱਕ ਰੋਜ਼ 100 ਛਲਾਟਾ ਮੀਂਹ ਦਾ ਪਵੇ, 100 ਬਾਰਿਸ਼ ਪਵੇ ਰੋਜ਼, ਭਾਵੇਂ ਇਨਸਾਨ ਨੇ ਕੁਦਰਤ ਨਾਲ ਛੇੜਛਾੜ ਕਰਕੇ ਕਦੇ ਝੜੀਆਂ ਨਹੀਂ ਲੱਗਦੀਆਂ, ਕਦੇ ਸੌਣ ਨਹੀਂ ਬਣਿਆ ਹੁਣ, ਕਿਉਂਕਿ ਅੱਜ ਪੜ੍ਹਿਆ ਲਿਖਿਆ ਹੋਣ ਕਰਕੇ ਸਿਆਣਾ ਘੱਟ ਹੈ ਅਤੇ ਮੂਰਖ ਜ਼ਿਆਦਾ ਹੈ। ਇਹਨਾਂ ਦਿਨਾਂ ਵਿੱਚ ਬਾਰਿਸ਼ਾਂ ਬਹੁਤ ਹੁੰਦੀਆਂ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਇਹ ਸਾਵਣ ਦਾ ਮਹੀਨਾ ਕਈਆਂ ਵਾਸਤੇ ਸੁੱਖ ਰੂਪ ਹੁੰਦਾ ਹੈ ਅਤੇ ਕਈਆਂ ਵਾਸਤੇ ਦੁੱਖ ਰੂਪ ਹੁੰਦਾ ਹੈ। ਨਾਨਕ ਸਾਵਣ ਜੇ ਵਸੈ ਚਹੋਂ ਉਮਾਹਾ ਹੋਏ, ਨਾਗਾਂ ਮਿਰਗਾਂ ਮੱਛੀਆਂ ਰੱਸੀਆਂ ਘਰ ਤਨ ਹੋਏ। ਇਹਨਾਂ ਚਾਰਾਂ ਵਾਸਤੇ ਸੌਣ ਦਾ ਮਹੀਨਾ ਬਾਰਿਸ਼ ਹੈ ਜਿਹੜੀ ਸੁਖਦਾਈ ਹੁੰਦੀ ਹੈ। ਜਿਹੜੇ ਨਾਗ ਨੇ ਇਹ ਰੀਂਗ ਕੇ ਤੁਰਦੇ ਆ, ਇਹਦੇ ਪੈਰ ਨਹੀਂ ਹੁੰਦੇ, ਇਹਨੂੰ ਸਾਰਾ ਸਰੀਰ ਖਿੱਚ ਕੇ ਤੁਰਨਾ ਪੈਂਦਾ ਅਤੇ ਜਦੋਂ ਬਾਰਿਸ਼ ਪੈਂਦੀ ਪਾਣੀ ਵਿੱਚ ਇਹਨੂੰ ਚੱਲਣਾ ਸੌਖਾ ਹੁੰਦਾ। ਨਾਗਾਂ ਮਿਰਗਾਂ ਜਿਹੜੇ ਮਿਰਗ ਨੇ, ਬਾਰਿਸ਼ ਪੈਂਦੀ ਹੈ ਫਿਰ ਹਵਾ ਚੱਲਦੀ ਹੈ, ਇਹਨਾਂ ਦੀ ਨਾਭੀ ਦੇ ਵਿੱਚ ਕਸਤੂਰੀ ਹੁੰਦੀ ਹੈ, ਜਿਉਂ ਕਸਤੂਰੀ ਮਿਰਗ ਨਾ ਜਾਣਾ ਭਰਮ ਦਾ ਭਰਮ ਪਲਾਇਆ, ਉਹ ਸੁਗੰਧੀ ਆਉਂਦੀ ਹੈ ਇਹਨੂੰ ਕਸਤੂਰੀ ਦੀ ਮਿਰਗ ਨੂੰ, ਉਹਨੂੰ ਲੱਭਣ ਵਾਸਤੇ ਜੰਗਲਾਂ 'ਚ ਦੌੜਦਾ ਹੈ। ਇਹਨੂੰ ਭਰਮ ਹੁੰਦਾ ਕਿ ਇਹ ਸੁਗੰਧੀ ਕਿਤੋਂ ਬਾਹਰੋਂ ਆ ਰਹੀ ਹੈ। ਜਿਵੇਂ ਸਾਰੀ ਦੁਨੀਆ ਸੁੱਖ ਲੱਭਣ ਤੁਰੀ ਹੋਈ ਹੈ, ਕੋਈ ਦੇਸ਼ਾਂ 'ਚ ਸੁੱਖ ਲੱਭਦਾ, ਕੋਈ ਵਿਦੇਸ਼ਾਂ 'ਚ ਸੁੱਖ ਲੱਭ ਰਿਹਾ ਹੈ, ਪਰ ਮਹਾਰਾਜ ਕਹਿੰਦੇ ਸੁੱਖ ਤਾਂ ਤੇਰੇ ਅੰਦਰ ਹੈ, ਤੂੰ ਬਾਹਰ ਲੱਭਦਾ ਫਿਰਦਾ। ਅੰਦਰ ਵਸਤ ਮੂੜਾ ਬਾਹਰ ਭਾਲੇ, ਮਨਮੁੱਖ ਅੰਧ ਫਿਰੈ ਬੇਤਾਲੇ। ਜਦ ਉਹ ਥੱਕ ਜਾਂਦਾ ਧਰਤੀ 'ਤੇ ਲਿਟ ਜਾਂਦਾ, ਉਹਦੀ ਲੰਮੀ ਗਰਦਨ ਹੈ, ਉਹਦੀਆਂ ਨਾਸਕਾਂ ਮੁੜ ਕੇ ਨਾਭੀ ਨਾਲ ਲੱਗ ਜਾਂਦੀਆਂ, ਉੱਥੇ ਮਹਿਬ ਹੋਇਆ ਪਿਆ ਰਹਿੰਦਾ। ਨਾਗਾਂ ਮਿਰਗਾਂ ਮੱਛੀਆਂ, ਮੱਛੀ ਦਾ ਤਾਂ ਜੀਵਨ ਹੀ ਪਾਣੀ ਹੈ, ਜਿੰਨਾ ਜ਼ਿਆਦਾ ਪਾਣੀ ਹੁੰਦਾ ਮੱਛੀ ਉਨੀ ਖੁਸ਼ ਰਹਿੰਦੀ। ਰੱਸੀਆਂ ਘਰ ਤਨ ਹੋਏ, ਜਿਹੜੇ ਜਵਾਨ ਦੇ ਰੱਸੀਏ ਨੇ, ਜਦ ਬਾਰਿਸ਼ ਪੈਂਦੀ ਹੈ ਮੌਸਮ ਠੰਡਾ ਹੁੰਦਾ ਫਿਰ ਉਹ ਜਵਾਨ ਦੇ ਸਵਾਦ ਪੂਰੇ ਕਰਨ ਵਾਸਤੇ ਕਿਸੇ ਜੀਵ ਦਾ ਗਲ ਵੱਢਦੇ ਨੇ, ਸ਼ਰਾਬਾਂ ਪੀਂਦੇ ਨੇ, ਉਹਨਾਂ ਵਾਸਤੇ ਵੀ ਸੌਣ ਦਾ ਮਹੀਨਾ ਗੁਰੂ ਮਹਾਰਾਜ ਕਹਿੰਦੇ ਸੁੱਖ ਰੂਪ ਹੈ। ਅਤੇ ਦੁੱਖਦਾਈ ਕਿਹਨਾਂ ਨੂੰ ਹੈ? ਨਾਨਕ ਸਾਵਣ ਜੇ ਵਸੈ ਚਹੋਂ ਵਿਛੋੜਾ ਹੋਏ, ਗਾਈ ਪੂਤਾਂ ਨਿਰਧਨਾ ਪੰਥੀ ਚਾਕਰ ਹੋਏ। ਗਾਈ ਪੂਤਾਂ ਜਿਹੜੇ ਗੋਕੇ ਪਸ਼ੂ ਨੇ,
ਆਉਣ ਵਾਲੇ ਗੋਕੇ ਤਾਂ ਛੱਪੜਾਂ 'ਚ ਨਹਾਉਂਦੇ ਫਿਰਦੇ ਹੈ। ਜਿਹੜੇ ਪਹਿਲਾਂ ਗੋਕੇ ਹੁੰਦੇ ਸੀ ਆਪਣੇ, ਉਹ ਪਾਣੀ 'ਚ ਪੈਰ ਨਹੀਂ ਸੀ ਧਰਦੇ ਹੁੰਦੇ, ਬਾਹਰ ਖੜ ਕੇ ਪਾਣੀ ਪੀਂਦੇ ਸੀ। ਬਾਰਿਸ਼ ਪੈਣ ਲੱਗ ਜਾਣੀ, ਮੱਖੀ ਮੱਛਰ ਜ਼ਿਆਦਾ ਹੋ ਜਾਣਾ, ਚਿੱਕੜ ਹੋ ਜਾਣਾ, ਤਾਂ ਗੋਕੇ ਪਸ਼ੂ ਲਿੱਸੇ ਹੋ ਜਾਂਦੇ ਸੀ, ਕਮਜ਼ੋਰ ਹੋ ਜਾਂਦੇ ਸੀ ਝੜੀ ਦੇ ਵਿੱਚ। ਗਾਈ ਪੂਤਾਂ ਨਿਰਧਨਾ, ਜਿਹੜਾ ਗਰੀਬ ਬੰਦਾ ਹੈ, ਕੱਚਾ ਘਰ ਸੀ, ਝੜੀ ਲੱਗ ਗਈ, ਮੀਂਹ ਪੈਣ ਲੱਗ ਗਿਆ, ਮਜ਼ਦੂਰੀ ਕਰਨ ਗਿਆ, ਮਜ਼ਦੂਰੀ ਮਿਲੀ ਨਹੀਂ, ਇੱਕ ਦੋ ਬਸਤਰ ਸੀ ਉਹ ਭਿੱਜ ਗਏ, ਘਰ ਚੋਣ ਲੱਗ ਗਿਆ, ਚੁੱਲ੍ਹਾ ਤਪਿਆ ਨਹੀਂ। ਗਰੀਬ ਵਾਸਤੇ ਵੀ ਮੀਂਹ ਦੁਖਦਾਈ ਹੁੰਦਾ ਸਤਸੰਗ ਜੀ, ਉਹ ਨਹੀਂ ਚਾਹੁੰਦਾ ਕਿ ਪਵੇ। ਦਿਹਾੜੀ ਨਹੀਂ ਮਿਲੀ, ਮਜ਼ਦੂਰੀ ਨਹੀਂ ਮਿਲੀ, ਕੰਮ ਬੰਦ ਹੋ ਗਿਆ। ਗਾਈ ਪੂਤਾਂ ਨਿਰਧਨਾ, ਪੰਥੀ ਜਿਹੜੇ ਪੈਦਲ ਤੁਰਦੇ ਸੀ ਉਦੋਂ ਲੋਕ ਬਹੁਤੇ, ਅਤੇ ਮੀਂਹ ਪੈ ਜਾਵੇ, ਕੱਚੇ ਰਾਹ, ਪਾਣੀ ਭਰ ਗਿਆ, ਚਿੱਕੜ ਹੋ ਗਿਆ, ਉਹਦੇ ਵਾਸਤੇ ਵੀ ਔਖਾ ਹੁੰਦਾ ਸੀ ਤੁਰਨਾ। ਚਾਕਰ ਜਿਹੜਾ ਨੌਕਰ ਹੈ, ਅੰਦਰ ਬੈਠਾ ਮਾਲਕ, ਆਹ ਕੰਮ ਕਰ ਵੀ ਉਹ ਕਰ, ਨੌਕਰ ਨੂੰ ਕਰਨਾ ਪਏਗਾ। ਹੈ ਤਾਂ ਸਰੀਰ ਨੌਕਰ ਦਾ ਵੀ ਆਪਣੇ ਵਰਗਾ ਹੀ ਹੈ, ਪਰ ਉਹ ਮਾਲਕ ਦਾ ਹੁਕਮ ਨਹੀਂ ਮੰਨੇਗਾ, ਛੁੱਟੀ ਕਰ ਦੇਗਾ ਉਹਨੂੰ। ਉਹਨਾਂ ਵਾਸਤੇ ਵੀ ਦੁਖਦਾਈ ਹੁੰਦਾ ਹੈ। ਇੱਕ ਜਿਹੜੇ ਰੱਬ ਦੇ ਬਰਾਗੀ ਬੰਦੇ ਹੁੰਦੇ ਆ ਨਾ, ਜਿਨ੍ਹਾਂ ਨੂੰ ਰੱਬ ਦੇ ਮਿਲਣ ਦੀ ਤੜਫ ਲੱਗ ਜਾਂਦੀ ਹੈ, ਉਹਨਾਂ ਵਾਸਤੇ ਵੀ ਇਹ ਜਿਹੜਾ ਸਾਉਣ ਦਾ ਮਹੀਨਾ ਹੈ, ਸੁੱਖ ਰੂਪ ਨਹੀਂ ਹੁੰਦਾ। ਬੱਦਲ ਗਰਜਦੇ ਨੇ, ਮੋਰ ਕੂਕਦੇ ਨੇ, ਇਹੋ ਜਿਹੀ ਗੜਗੜਾਹਟ ਜੀ ਜਿਹੜੀ ਬਰਾਗੀ ਪੁਰਸ਼ ਨੂੰ ਚੰਗੀ ਨਹੀਂ ਲੱਗਦੀ ਹੁੰਦੀ, ਕਿਉਂਕਿ ਜਦੋਂ ਬੱਦਲ ਚੜ੍ਹ ਕੇ ਆਉਂਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਫਿਰ ਮੋਰ ਕੂਕਦੇ ਨੇ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਹਾਲੇ, ਚੱਕਵੀ ਸੂਰਜ ਹੇਤ ਹੈ, ਮਿਲ ਹੋਣ ਸਖਾਲੇ, ਨਿਹੋ ਕਬਲ ਜਲ ਜਾਣੀਐ, ਖਿੜ ਮੂੰਹ ਬਖਾਲੇ, ਮੋਰ ਬਬੀਹੇ ਬੋਲਦੇ, ਦੇਖ ਬੱਦਲ ਕਾਲੇ, ਦੇਖ ਬੱਦਲ ਕਾਲੇ, ਮੋਰ ਬਬੀਹੇ ਬੋਲਦੇ, ਵੇਖ ਬੱਦਲ ਕਾਲੇ, ਮੋਰ ਬਬੀਹੇ ਬੋਲਦੇ। ਬੱਦਲ ਕਾਲੇ, ਮੋਰ ਬਬੀਹੇ ਬੋਲਦੇ, ਵੇਖ ਬੱਦਲ, ਮੋਰ ਬਬੀਹੇ ਬੋਲਦੇ, ਚੰਦ ਚਕੋਰ ਪ੍ਰੀਤ ਹੈ, ਹਰ ਤਾਰ ਨਿਹਾਲੇ, ਚੱਕਵੀ ਸੂਰਜ ਹੇਤ ਹੈ, ਸੂਰਜ ਹੇਤ ਹੈ, ਮਿਲ ਹੋਣ ਸਖਾਲੇ, ਨਿਹੋ ਕਮਲ ਜਲ ਜਾਣੀਐ, ਨਿਹੋ ਕਮਲ ਜਲ ਜਾਣੀਐ, ਖਿੜ ਮੂੰਹ ਵਖਾਲੇ, ਮੋਰ ਬਬੀਹੇ ਬੋਲਦੇ,
ਬੱਦਲ ਕਾਲੇ ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ ਪੀਰ ਮਰੀਦਾ ਪਿਹਣੀ ਹੜੀ ਉਹ ਨਿਭ ਹੈ ਨਾਲੇ ਚੰਦ ਚਕੋਰ ਪ੍ਰੀਤ ਹੈ ਉਹ ਜਿਹੜੀ ਮੋਰਾਂ ਦਾ ਕੂਕਣਾ ਬੱਦਲਾਂ ਦਾ ਗਰਜਣਾ ਬੈਰਾਗੀ ਪੁਰਸ਼ਾਂ ਵਾਸਤੇ ਵੀ ਸੁਖ ਰੂਪ ਨਹੀਂ ਹੁੰਦਾ ਸਤਿਸੰਗ ਜੀ ਅੱਜ ਦਾ ਜਿਹੜਾ ਦਿਨ ਹੈ ਅੱਜ 38 ਸਾਲ ਹੋ ਗਏ ਅੱਜ ਦੇ ਦਿਨ 1983 ਨੂੰ ਨੌ ਸਾਵਣ ਹੈ 24 ਤਰੀਕ ਸੀ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਦਵਲਾਣ ਤੋਂ ਬਹੁਤ ਲੰਮਾ ਸਮਾਂ ਉੱਥੇ ਲੰਗਰ ਦੀ ਸੇਵਾ ਸ੍ਰੀਮਾਨ ਰਹੇ ਇੰਚਾਰਜ ਰਹੇ ਲੰਗਰ ਦੇ ਭਾਵੇਂ ਸੰਗਤ ਦੇ ਪ੍ਰੇਮ ਸਦਕਾ ਬਾਹਰ ਕਥਾ ਕੀਰਤਨ ਕਰਨ ਵੀ ਜਾਂਦੇ ਸੀ ਅਕਾਲ ਪੁਰਖ ਦੇ ਹੁਕਮ ਅਨੁਸਾਰ 1983 24 ਜੁਲਾਈ ਨੂੰ ਦਵਲਾਣ ਤੋਂ ਮਹਾਂਪੁਰਸ਼ ਪਹਿਲਾਂ ਕੰਧਾਰਗੜ੍ਹ ਗਏ ਸੀ ਭਾਈ ਨਰਪਾਲ ਸਿੰਘ ਕੰਧਾਰਗੜ੍ਹ ਤੋਂ ਇਹਨਾਂ ਦੇ ਘਰ ਸਰਪੰਚ ਭਰਪੂਰ ਸਿੰਘ ਇਹਨਾਂ ਨੇ ਬੇਨਤੀ ਕੀਤੀ ਉੱਥੇ ਕੰਧਾਰਗੜ੍ਹ ਤੋਂ ਫਿਰ ਸੰਗਤ ਨੇ ਉਹਨਾਂ ਦੇ ਸਤਿਕਾਰ ਵਾਸਤੇ ਬੈਂਡ ਬਾਜਾ ਸੰਗਤਾਂ ਸਤਿਕਾਰ ਵਾਸਤੇ ਖੜੀਆਂ ਸੀ ਕੋਈ ਬਰਸਾਤ ਦਾ ਮੌਸਮ ਨਹੀਂ ਸੀ ਮਹੀਨਾ ਤਾਂ ਭਾਵੇਂ ਸਾਉਣ ਦਾ ਹੀ ਸੀ ਸਾਫ ਸੀ ਮੌਸਮ ਜਦੋਂ ਲਾਹੌਰਾਂ ਕੋਲ ਆ ਗਏ ਮਹਾਂਪੁਰਸ਼ ਇੱਕ ਛੋਟੀ ਜਿਹੀ ਬਦਲੀ ਆ ਰਹੀ ਹੈ ਬੜੇ ਮੋਟੇ ਮੋਟੇ ਕਣੇ ਪਤਾਸਿਆਂ ਵਰਗੇ ਜਿਵੇਂ ਇੰਦਰ ਵੀ ਉਹਨਾਂ ਦੇ ਆਗਮਨ ਵਾਸਤੇ ਛਿੜਕਾਅ ਕਰ ਰਿਹਾ ਹੋਵੇ ਬਸ ਉਨਾ ਕੁ ਮੀਂਹ ਪਿਆ ਜਿੰਨਾ ਕੁ ਸੜਕ ਗਿੱਲੀ ਹੋ ਗਈ ਮੋਟੇ ਮੋਟੇ ਕਣੇ ਡਿੱਗੇ ਦੋ ਕਮਰੇ ਸੀ ਇੱਥੇ ਪੁਰਾਣੇ ਦਰਬਾਰ ਤੋਰੇ ਅਤੇ ਦੋ ਪਰਾਂ ਸਿੱਧ ਦੇ ਕੋਲ ਸੀ ਬਸ ਬਾਕੀ ਰੜਾ ਸੀ ਸਾਰਾ ਰੋਡ ਸੀ ਵੱਡਾ ਵੱਡਾ ਘਾਹ ਖੜਾ ਸੀ ਕੀੜਿਆਂ ਦੇ ਭੌਣ ਅੰਦਰਲੇ ਦਰਬਾਰ ਵਿੱਚ ਉਦਣ ਮਹਾਂਪੁਰਸ਼ਾਂ ਨੇ ਦੀਵਾਨ ਲਾਇਆ ਸੀ ਅੱਜ ਉਹ ਦਿਨ ਹੈ ਸਤਿਸੰਗ ਜੀ ਅੱਜ 38 ਸਾਲ ਹੋ ਗਏ ਅਸੀਂ ਨੌ ਸਿੰਘ ਭਾਵੇਂ ਇੱਕ ਮਹੀਨਾ ਪਹਿਲਾਂ ਆ ਗਏ ਸੀ ਇੱਥੇ ਰਾੜਾ ਸਾਹਿਬ ਤੋਂ ਅਸੀਂ ਜੂਨ ਵਿੱਚ ਆ ਗਏ ਸੀ ਮਹਾਂਪੁਰਸ਼ ਜੁਲਾਈ ਵਿੱਚ ਇੱਥੇ ਆਏ ਉਹਨਾਂ ਨੇ ਜਿਹੜਾ ਉਦਣ ਸੰਗਤਾਂ ਨੂੰ
ਉਪਦੇਸ਼ ਦਿੱਤਾ, ਕਥਾ ਸਰਵਣ ਕਰਾਈ, ਇਹ ਵਿਚਾਰ ਸੁਣਾਈ ਸੀ ਕਿ ਵਿਰਾਗੀ ਪੁਰਸ਼ਾਂ ਵਾਸਤੇ ਵੀ ਸਾਉਣ ਦਾ ਮਹੀਨਾ ਜਿਹੜਾ ਹੁੰਦਾ ਹੈ ਇਹ ਸੁੱਖ ਰੂਪ ਨਹੀਂ ਹੁੰਦਾ। ਫਿਰ ਮਾਰਨ ਇਤਿਹਾਸਕ ਵਿਚਾਰ ਨਾਲ ਸੁਣਾਈ ਕਿ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਗੁਰੂ ਰਾਮਦਾਸ ਮਹਾਰਾਜ ਨੇ ਆਪਣੀ ਵਸਤੂ ਅੱਗੇ ਦੇਣੀ ਹੈ, ਭਾਵੇਂ ਬੀਬੀ ਭਾਨੀ ਗੁਰੂ ਅਮਰਦਾਸ ਮਹਾਰਾਜ ਦੀ ਸਪੁੱਤਰੀ ਜਿਹੜੀ ਸਾਰੀ ਸੇਵਾ ਗੁਰੂ ਅਮਰਦਾਸ ਮਹਾਰਾਜ ਦੀ ਆਪ ਕਰਦੀ ਸੀ, ਉਹਨਾਂ ਨੇ ਸੇਵਾ ਕਰਕੇ ਖੁਸ਼ੀ ਲੈ ਲਈ। ਸੇਵਾ ਇੱਕ ਐਸਾ ਮੋਹਣੀ ਮੰਤਰ ਹੈ, ਸੇਵਾ ਤਾਂ ਕੋਈ ਰੁੱਖ ਦੀ ਵੀ ਕਰ ਲਵੇ ਉਹ ਛਾਂ ਦੇ ਦਿੰਦਾ, ਫਲ ਵੀ ਦੇ ਦਿੰਦਾ। ਜੇ ਫਲ ਨਾ ਲੱਗੇ ਤਾਂ ਛਾਂ ਜ਼ਰੂਰ ਮਿਲਦੀ ਹੈ, ਕੀਤੀ ਸੇਵਾ ਜਾਈ ਨਹੀਂ ਜਾਂਦੀ ਹੈ। ਫਿਰ ਕੋਈ ਪਸ਼ੂ ਦੀ ਸੇਵਾ ਕਰੇ ਉਹ ਅੰਮ੍ਰਿਤ ਦੁੱਧ ਦੇ ਦਿੰਦਾ ਹੈ, ਕੋਈ ਸਮਾਜ ਦੀ ਸੇਵਾ ਕਰੇ, ਕੋਈ ਦੇਸ਼ ਦੀ ਸੇਵਾ ਕਰੇ, ਪਰ ਜਿਹੜਾ ਗੁਰੂ ਘਰ ਦੀ ਸੰਗਤ ਦੀ ਸੇਵਾ ਕਰਦਾ ਹੈ, ਲੋਕ ਮਜ਼ਦੂਰੀ ਦੇਤ ਹੈ ਕਿਉਂ ਰੱਖੇ ਭਗਵਾਨ, ਆਪਾਂ ਕਿਸੇ ਦੀ ਮਜ਼ਦੂਰੀ ਨਹੀਂ ਰੱਖਦੇ, ਤਾਂ ਪਰਮਾਤਮਾ ਬਈ ਉਹ ਤਾਂ ਐਡਾ ਨਿਆਇਕਾਰੀ ਹੈ, ਇੱਕ ਤਿਲ ਨਹੀਂ ਭੰਨਾ ਘੱਲ ਹੈ, ਇੱਕ ਤਿਲ ਜਿੰਨੀ ਕੀਤੀ ਘੱਲਣਾ ਵੀ ਜਾਈ ਨਹੀਂ ਜਾਣ ਦਿੰਦਾ ਹੈ। ਬਸ਼ਰਤੇ ਸੇਵਾ ਕਰਨੀ ਕਿਵੇਂ ਹੈ, ਆਪਾਂ ਘਰਾਂ 'ਚ ਵੀ ਕੰਮ ਵੀ ਕਰੀ ਜਾਂਦੇ ਹਾਂ, ਗੁਰੂ ਘਰ ਵੀ ਇਸ ਤਰ੍ਹਾਂ ਕਰੀ ਜਾਏ ਤਾਂ ਉਹਦਾ ਲਾਭ ਨਹੀਂ ਹੁੰਦਾ ਬਹੁਤਾ। ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੈ ਦਾਨ। ਸੇਵਾ ਵੀ ਜੇ ਵਿਚਾਰ ਨਾਲ ਕਰੇ ਨਹੀਂ ਤਾਂ ਮਤ ਥੋੜ੍ਹੀ ਸੇਵ ਗਵਾਈਐ। ਕੇਸੀ ਨਹਾ ਲੈਣਾ ਪਹਿਲਾਂ, ਫਿਰ ਬੁੱਕ ਭਰ ਕੇ ਸਿਰ 'ਚ ਮਿੱਟੀ ਦਾ ਪਾ ਲੈਣਾ, ਨਾਤਾ ਨਾ ਨਾਤਾ ਬਰਾਬਰ ਹੀ ਹੈ, ਐਵੇਂ ਖਿੱਚ ਲਈਏ। ਸੇਵਾ ਵੀ ਕਰ ਰਿਹਾ, ਉਹਦੀਆਂ ਕਰ ਰਿਹਾ, ਉਹਦੀਆਂ ਸੁਣ ਰਿਹਾ, ਉਹਦੀਆਂ ਚੁਗਲੀਆਂ ਕਰ ਲਈਆਂ, ਮੈਂ ਬੜਾ ਚੰਗਾ ਬਾਕੀ ਸਾਰੇ ਮਾੜੇ ਨੇ, ਉਹ ਕੀ ਫਾਇਦਾ, ਰੋਟੀਆਂ ਖਾਧੀਆਂ, ਡੰਗ ਬੁਲਾਏ, ਕੱਪੜੇ ਪਾਟੇ ਘਰਾਂ ਨੂੰ ਆਏ, ਲੈਣ ਦੇਣ ਨੂੰ ਕੁਛ ਨਹੀਂ ਹੈ। ਇਹ ਤਾਂ ਫਿਰ ਕਿਵੇਂ ਲੇਖੇ ਪੈਂਦੀ ਹੈ ਸੇਵਾ। ਆਪ ਗਵਾ ਕੇ ਸੇਵਾ ਕਰੀਏ ਤਾਂ ਕਿਛ ਮਾਨ ਪਾਈਂਦਾ, ਗਵਾ ਕੇ ਸੇਵਾ ਕਰੀਏ ਤਾਂ ਕਿਛ ਮਾਨ ਪਾਈਂਦਾ, ਗਵਾ ਕੇ ਸੇਵਾ ਕਰੀਏ ਤਾਂ ਕਿਛ ਮਾਣ ਪਾਈਂਦਾ,
ਕਿਛ ਮਾਨ ਪਾਈਦਾ ਗਵਾਕੇ ਸੇਵਾ ਤਾਂ ਕਿਛ ਮਾਨ ਪਾਈਦਾ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਆਪ ਆਪ ਗਵਾਉਣ ਦਾ ਭਾਵ ਹੈ ਆਪਣੀ ਮੱਤ ਛੱਡ ਕੇ ਗੁਰੂ ਦੇ ਹੁਕਮ ਵਿੱਚ ਰਹਿ ਕੇ ਸੇਵਾ ਕਰੇ। ਕਿਸੇ ਨੇ ਆਖਿਆ ਜੋੜੇ ਝਾੜਨ ਦੀ ਸੇਵਾ ਬੜੀ ਚੰਗੀ ਹੁੰਦੀ ਹੈ, ਕਿਸੇ ਨੇ ਟੋਕਰੀ ਢੋਣ ਦੀ ਸੇਵਾ ਨੂੰ ਉੱਤਮ ਦੱਸਿਆ, ਕਿਸੇ ਨੇ ਭਾਂਡੇ ਬਰਤਨ ਮਾਂਜਣ ਦੀ ਸੇਵਾ ਨੂੰ ਵੱਡੀ ਆਖਿਆ। ਪਰ ਸਭ ਤੋਂ ਉੱਤਮ ਸੇਵਾ ਹੈ ਕਿ ਜੋ ਹੁਕਮ ਵਿੱਚ ਰਹਿ ਕੇ ਸੇਵਾ ਕੀਤੀ ਜਾਂਦੀ। ਆਗਿਆ ਸਾਹਮਣੀ ਸਾਹਿਬ ਸੇਵਾ, ਜਿਹੜੀ ਆਗਿਆ ਵਿੱਚ ਰਹਿ ਕੇ ਹੁਕਮ ਵਿੱਚ ਸੇਵਾ ਕੀਤੀ ਜਾਂਦੀ ਹੈ ਉਹ ਸੇਵਾ ਲੇਖੇ 'ਚ ਪੈਂਦੀ ਹੈ। ਮਨ ਮਰਜ਼ੀ ਦੀ ਕੀਤੀ ਸੇਵਾ ਕਿਤੇ ਥਾਂ ਹੀ ਨਹੀਂ ਪੈਂਦੀ ਹੈ, ਭਾਵੇਂ ਪੁੱਠਾ ਲੰਮ ਕੇ ਵੀ ਤਪ ਕਰੀ ਜਾਏ। ਫਿਰ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਕਮ ਮੰਨ ਕੇ, ਹੁਕਮ ਤਾਂ ਮੰਨਿਆ ਜਾਂਦਾ ਜੇ ਅੰਦਰ ਮਰ ਜਾਵੇ, ਨਹੀਂ ਤਾਂ ਫਿਰ ਕਿਉਂ ਹੁੰਦਾ, ਕੀ ਹੁੰਦਾ, ਕਿਸ ਤਰ੍ਹਾਂ ਹੁੰਦਾ, ਬਸ ਇੱਥੇ ਖੜ੍ਹੇ ਰੌਲਾ ਜਿਹਾ ਪਾਈ ਜਾਂਦੇ ਨੇ। ਭਾਵੇਂ ਬੀਬੀ ਭਾਨੀ ਨੇ ਵਰ ਲੈ ਲਿਆ ਸੀ ਘਰ ਦੀ, ਘਰ ਵਿੱਚ ਰਹੇ, ਮਹਾਰਾਜ ਕਹਿੰਦੀ ਰਹੇਗੀ ਤਾਂ ਘਰ ਦੀ ਘਰ ਵਿੱਚ, ਪਰ ਅਧਿਕਾਰੀ ਨੂੰ ਮਿਲੇਗੀ, ਜਿਹੜਾ ਅਧਿਕਾਰੀ ਹੋਵੇਗਾ। ਹੁਣ ਗੁਰੂ ਰਾਮਦਾਸ ਮਹਾਰਾਜ ਨੇ ਵਸਤੂ ਬਖਸ਼ਣੀ ਅੱਗੇ, ਤਿੰਨ ਸਾਹਿਬਜ਼ਾਦੇ ਨੇ ਵੱਡੇ ਪਿਰਥੀ ਚੰਦ, ਉਹਨਾਂ ਤੋਂ ਛੋਟੇ ਮਹਾਦੇਵ, ਸਭ ਤੋਂ ਛੋਟੇ ਗੁਰੂ ਅਰਜਨ, ਹੁਣ ਪਰਖ ਕੇ ਵਸਤੂ ਦੇਣਗੇ। ਪਰਖ ਕੇ ਆ ਮਾਈਆਂ ਨੇ ਸਾਡੀਆਂ ਨੇ ਦੁੱਧ ਵੀ ਪਾਉਣਾ ਹੋਵੇ ਨਾ ਭਾਂਡੇ 'ਚ, ਅਤੇ ਉਹਨੂੰ ਵੀ ਦੇਖ ਲੈਂਦੀਆਂ ਨੇ ਸਾਫ਼ ਹੋਣਾ ਚਾਹੀਦਾ, ਧੋ ਕੇ ਮਾਂਝ ਕੇ ਫਿਰ ਉਹਦੇ 'ਚ ਦੁੱਧ ਪਾਉਂਦੀਆਂ। ਅਤੇ ਗੁਰੂ ਵੀ ਵਸਤੂ ਐਵੇਂ ਥੋੜ੍ਹਾ ਤੁਰੇ ਜਾਂਦੇ ਨੂੰ ਦੇ ਦੂਗਾ, ਕਿਤੇ ਖਾਲਾ ਜੀ ਦਾ ਵਾੜਾ ਹੈ। ਗੁਰੂ ਅਮਰਦਾਸ ਮਹਾਰਾਜ ਦਾ ਪਰਖਣ ਦਾ ਤਰੀਕਾ ਹੋਰ ਸੀ, ਅਤੇ ਗੁਰੂ ਰਾਮਦਾਸ ਮਹਾਰਾਜ ਨੇ ਵਿਆਹ 'ਤੇ ਜਾਣ ਦਾ ਤਰੀਕਾ ਬਣਾ ਲਿਆ, ਕਸਵੱਟੀ ਤਰੀਕਾ। ਗੁਰੂ ਰਾਮਦਾਸ ਮਹਾਰਾਜ ਦਾ ਪਿਛੋਕੜ ਬਲਾਦਰੀ ਸੀ, ਜਿਹੜੀ ਚੂਨਾ ਮੰਡੀ ਲਾਹੌਰ ਸੋਢੀ। ਗੁਰੂ ਨਾਨਕ ਦੇਵ ਮਹਾਰਾਜ ਬੇਦੀ, ਗੁਰੂ ਅੰਗਦ ਦੇਵ ਜੀ ਮਹਾਰਾਜ ਤ੍ਰਿਣ, ਗੁਰੂ ਅਮਰਦਾਸ ਮਹਾਰਾਜ ਭੱਲੇ, ਫਿਰ ਚੌਥੇ ਪਾਤਸ਼ਾਹ ਤੋਂ ਦਸਵੇਂ ਪਾਤਸ਼ਾਹ ਤੱਕ ਚੱਲੀ ਪੀੜ੍ਹੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਇਹਨਾਂ ਦਾ ਪਿਛੋਕੜ ਸੀ ਜਿਹੜਾ, ਉਹ ਲਾਹੌਰ ਚੂਨਾ ਮੰਡੀ ਦਾ ਸੀ। ਇਹਨਾਂ ਦੇ ਤਾਏ ਦੇ ਪੁੱਤਰ, ਕਿਸੇ ਨੇ ਚਾਚੇ ਦਾ ਪੁੱਤਰ ਆਖਿਆ, ਕਿਸੇ ਨੇ ਤਾਏ ਦਾ ਪੁੱਤਰ ਲਿਖਿਆ, ਬਸ ਇੱਥੇ ਰਿੜਕਾ ਜਾਂ ਕਈ ਪਾ ਕੇ ਵੇ ਲਓ ਜੀ, ਇਹਨਾਂ ਨੇ ਤਾਏ ਦਾ ਪੁੱਤਰ ਹੀ ਆਖ ਛੱਡੇ। ਫਰਕ ਕਿੰਨਾ ਹੁੰਦਾ ਹੈ, ਬਾਪ ਤੋਂ ਵੱਡਾ ਉਹਨੂੰ ਤਾਇਆ ਕਹਿੰਦੇ ਨੇ, ਬਾਪ ਤੋਂ ਛੋਟਾ ਨੂੰ ਹੈ, ਦੋਵੇਂ ਸੱਕੇ ਭਰਾ ਹੀ ਨੇ। ਇਹ 'ਚ ਰਿੜਕੇ ਵਾਲੀ ਕਿਹੜੀ ਗੱਲ ਹੈ ਬਾਈ, ਅਸੀਂ ਇੱਥੇ ਖੜ੍ਹੇ ਹਾਂ ਬਸ। ਆਪਾਂ ਸੁਣਦੇ ਹੀ ਉਹ ਆ ਜਿਹੜੇ ਇਹੋ ਜਿਹੀਆਂ ਗੱਲਾਂ ਸੁਣਾਉਂਦੇ ਨੇ, ਉਹਨਾਂ ਨੇ ਆਹ ਆਖਿਆ ਜੀ। ਇਹ ਕੋਈ ਇਤਿਹਾਸ ਅੱਜ ਦਾ ਸਦੀਆਂ ਪੁਰਾਣਾ ਮਾਣ ਮੱਤਾ ਇਤਿਹਾਸ ਹੈ, ਅਤੇ ਗੁਰਮੁਖ ਨੇ ਜਿਹੜੇ ਗੁਰਮਤ ਅਨੁਸਾਰ ਜਿਹੜੀ ਵਿਚਾਰ ਹੁੰਦੀ ਹੈ ਉਹਨੂੰ ਸੁਣ ਲੈਂਦੇ ਨੇ, ਧਾਰਨ ਕਰ ਲੈਂਦੇ ਨੇ, ਬਾਕੀ ਛੱਡ ਦਿੰਦੇ ਨੇ। ਜਿਹੜਾ ਹੰਸ ਹੁੰਦਾ ਉਹ ਚਿੰਜ ਪਾਉਂਦਾ ਦੁੱਧ ਦੇ ਵਿੱਚ, ਉਹ ਫਟ ਜਾਂਦਾ, ਫੁੱਟੀਆਂ ਗ੍ਰਹਿਣ ਕਰ ਲੈਂਦਾ, ਪਾਣੀ ਛੱਡ ਦਿੰਦਾ।
ਆ ਜਿਹੜਾ ਬਗਲਾ ਮਹਿਕਮਾ ਹੈ ਇਹ ਲੱਭਦਾ ਹੀ ਚਿੱਕੜ 'ਚ ਡੱਡੀਆਂ ਫਿਰਦਾ, ਇਹ ਸੁਣਦੇ ਹੀ ਉਹ ਨੇ ਜਿੱਥੇ ਸ਼ੰਕਾ ਪੈਦਾ ਹੁੰਦਾ, ਉਹ ਸ਼ੰਕਾ ਤੋੜਦਾ, ਸ਼ਰਧਾ ਜੋੜਦੀ ਹੈ। ਸ਼ਰਧਾ ਆਉਣੀ ਔਖੀ ਹੈ, ਸ਼ੰਕਾਵਾਦੀ ਜਿੱਥੇ ਮਰਜ਼ੀ ਹੋਇਆ ਜਾ ਸਕਦਾ। ਸਾਧ ਸੰਗਤ ਜੀ, ਸ਼ੰਕਾਵਾਦੀ ਦੇ ਮਨ ਨੂੰ ਕਦੇ ਵੀ ਸ਼ਾਂਤੀ ਟਿਕਾ ਨਹੀਂ ਆ ਸਕਦਾ। ਅੱਜ ਲੋਕ ਖੁਦਕਸ਼ੀਆਂ ਕਰ ਕਰਕੇ ਕਿਉਂ ਮਰ ਰਹੇ ਨੇ? ਅਸ਼ਾਂਤ ਨੇ ਅੰਦਰੋਂ, ਨਾ ਮਾਂ ਪਿਓ ਦੇ ਕਹਿਣ 'ਚ ਨੇ, ਨਾ ਵੱਡਿਆਂ ਦੇ ਕਹਿਣ 'ਚ ਨੇ, ਨਾ ਗੁਰੂਆਂ ਦਾ ਕਹਿਣਾ, ਨਾ ਸਤਿਪੁਰਸ਼ਾਂ ਦਾ, ਅਤੇ ਫਿਰ ਅਸ਼ਾਂਤ ਨੇ। ਇਹ ਪੜ੍ਹੇ ਲਿਖੇ ਸੀ, ਇਹਨਾਂ ਨੇ ਲੋਕਾਂ ਨੂੰ ਸਮਝਾਉਣਾ ਸੀ, ਆਪ ਹੀ ਫਾਹ ਲੈ ਕੇ ਮਰੀ ਜਾਂਦੇ ਨੇ। ਆ ਜਿੰਨੀਆਂ ਖੁਦਕਸ਼ੀਆਂ ਹੁਣ ਹੋ ਰਹੀਆਂ ਨੇ, ਆ ਸਾਡੇ ਬਜ਼ੁਰਗ ਕੱਚੇ ਕੋਠਿਆਂ 'ਚ ਰਹਿੰਦੇ ਸੀ, ਕਦੇ ਖੁਦਕਸ਼ੀ ਹੋਈ ਨਹੀਂ ਸੀ ਕਦੇ ਵੀ। ਇੱਕ ਕੋਠੇ 'ਚ ਹੀ ਸਾਰਾ ਟੱਬਰ ਪਿਆ ਹੁੰਦਾ ਸੀ। ਹੁਣ ਇਕੱਲਾ ਇਕੱਲਾ ਏਸੀ ਵਾਲੇ ਕਮਰੇ 'ਚ ਪਏ ਨੇ, ਸਵੇਰੇ ਸਿਰ ਭਾਰਾ ਜਿਹਾ, ਨੀਂਦ ਆਈ ਨਹੀਂ ਹੈ, ਰਾਤ ਵੀ ਨਹੀਂ ਆਈ ਨੀਂਦ। ਕਿਉਂ? ਨਾ ਮਾਂ ਦਾ ਸਤਿਕਾਰ, ਨਾ ਪਿਓ ਦਾ ਸਤਿਕਾਰ, ਨਾ ਕਿਸੇ ਵੱਡੇ ਦਾ ਸਤਿਕਾਰ, ਨਾ ਕਿਸੇ ਦੀ ਸੁਣਨੀ, ਨਾ ਮੰਨਣੀ। ਅਵਾਰਾ ਪਸ਼ੂ ਵਾਂਗ ਜਿੱਦਣ ਮੂੰਹ ਹੋਇਆ ਤੁਰੇ ਫਿਰਦੇ, ਫਿਰ ਫਾਹ ਲੈ ਕੇ ਮਰਨਾ, ਹੋਰ ਕੀ ਕਰਨਗੇ? ਸ਼ਰਧਾ ਦੇ ਵਿੱਚੋਂ ਸ਼ਾਂਤੀ ਦਾ ਜਨਮ ਹੁੰਦਾ ਹੈ, ਵਿਸ਼ਵਾਸ। ਅਤੇ ਜਿਹੜੀ ਤਰਕ ਹੈ, ਸ਼ੰਕਾ ਹੈ, ਇਹ ਤੋੜਦੀ, ਨਫ਼ਰਤ ਪੈਦਾ ਕਰ ਦਿੰਦੀ, ਅਸ਼ਾਂਤ ਹੋ ਜਾਂਦਾ ਉਹ। ਕਿਸੇ ਨੇ ਤਾਏ ਦਾ ਪੁੱਤਰ ਲਿਖਿਆ, ਕਿਸੇ ਨੇ ਚਾਚੇ ਦਾ ਪੁੱਤਰ ਵੀ ਲਿਖ ਦਿੱਤਾ, ਚਲੋ ਇਹਦੇ ਵਿੱਚ ਕੋਈ ਸ਼ੰਕੇ ਵਾਲੀ ਬਾਤ ਨਹੀਂ ਹੈ। ਗੁਰੂ ਰਾਮਦਾਸ ਮਾਰ ਦੇ ਭਰਾ ਦੇ ਪੁੱਤਰ ਦੀ ਸ਼ਾਦੀ ਸੀ, ਉਹਦਾ ਨਾਂ ਸੀ ਸਿਆਰੀ ਮੱਲ। ਸਿਆਰੀ ਮੱਲ ਨੇ ਵਿਚਾਰਿਆ ਕਿ ਗੁਰੂ ਰਾਮਦਾਸ ਮਹਾਰਾਜ ਦੁਨਿਆਵੀ ਭਰਾ ਵੀ ਲੱਗਦੇ ਨੇ, ਦੁਨਿਆਵੀ ਰਿਸ਼ਤੇ ਵੱਲੋਂ ਵੀ ਫਰਜ਼ ਬਣਦਾ, ਪਰਮਾਰਥ ਵੱਲੋਂ ਸਾਡੇ ਗੁਰੂ ਵੀ ਨੇ। ਸਿੱਖ ਦਾ ਫਰਜ਼ ਹੈ, ਕੋਈ ਵੀ ਕਾਰਜ ਕਰਦਾ ਪਹਿਲਾਂ ਗੁਰੂ ਦੀ ਆਸ਼ੀਰਵਾਦ ਲੈਂਦਾ ਹੈ, ਗੁਰੂ ਦਾ ਹੁਕਮ ਲੈਂਦਾ ਹੈ। ਇਹ ਪਰਿਵਾਰ ਨਾਲ ਵਿਚਾਰ ਕਰਕੇ ਕੋਈ ਸੰਬੰਧੀ ਨਾਲ ਲੈ ਕੇ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਆ ਗਏ ਸਿਆਰੀ ਮੱਲ। ਆ ਕੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਪੁੱਤਰ ਦੀ ਸ਼ਾਦੀ ਹੈ, ਕਿਰਪਾ ਕਰੋ ਲਾਹੌਰ ਚਰਨ ਪਾਓ ਨਾਲ ਵਿਆਹ ਵੀ ਸ਼ਾਮਿਲ ਹੋਵੋ। ਸਿਆਰੀ ਮੱਲ ਦੀ ਬੇਨਤੀ ਸੁਣ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਸਿਆਰੀ ਮੱਲ, ਜੇ ਅਸੀਂ ਲਾਹੌਰ ਵਿਆਹ 'ਚ ਸ਼ਾਮਿਲ ਹੋਣ ਵਾਸਤੇ ਗਏ, ਸਰੋਵਰ ਦੀ ਸੇਵਾ ਚੱਲ ਰਹੀ ਹੈ, ਬਹੁਤ ਸਾਰੀ ਸੰਗਤ ਸੇਵਾ ਛੱਡ ਕੇ ਸਾਡੇ ਨਾਲ ਜਾਏਗੀ, ਸੇਵਾ ਵਿੱਚ ਵਿਘਨ ਪਵੇਗਾ, ਉੱਥੇ ਉਸ ਇਲਾਕੇ ਦੀ ਸੰਗਤ ਨੂੰ ਪਤਾ ਲੱਗੇਗਾ, ਉਹ ਦਰਸ਼ਨ ਕਰਨ ਵਾਸਤੇ ਆਏਗੀ, ਇਕੱਠ ਵੱਧ ਜਾਏਗਾ, ਵਿਆਹ ਵਿੱਚ ਮੇਲ ਗਿਲ ਆਇਆ ਹੀ ਹੁੰਦਾ ਹੈ, ਤੇਰਾ ਖਰਚਾ ਵੀ ਵੱਧ ਜਾਏਗਾ, ਤੇਰੇ ਤੋਂ ਸੇਵਾ ਸੰਭਾਲ ਵੀ ਨਹੀਂ ਹੋਣੀ। ਚੰਗੀ ਗੱਲ ਇਹ ਹੈ ਕਿ ਤੂੰ ਸਾਡੇ ਕਿਸੇ ਸਾਹਿਬਜ਼ਾਦੇ ਨੂੰ ਲੈ ਜਾ। ਪਿਰਥੀ ਚੰਦ ਨੂੰ ਬੁਲਾਇਆ, ਜਿਹੜਾ ਵੱਡਾ ਸਾਹਿਬਜ਼ਾਦਾ ਸੀ ਮਹਾਰਾਜ ਦਾ, ਸਿਆਣਾ ਬੜਾ ਸੀ, ਬੜਾ ਸੁਚੱਜਾ ਪ੍ਰਬੰਧਕ ਸੀ, ਸੰਗਤ ਨਾਲ ਮੇਲ ਜੋਲ ਵੀ ਰੱਖਦਾ ਸੀ, ਸਰਕਾਰੀ ਦਰਬਾਰੇ ਵੀ। ਇਹ ਗੱਲਾਂ ਦੁਨਿਆਵੀ ਲੋਕਾਂ ਵਿੱਚ ਵੀ ਹੁੰਦੀਆਂ, ਵੱਡੇ ਵੱਡੇ ਅਦਾਰਿਆਂ ਦਾ ਚੰਗੇ ਪ੍ਰਬੰਧਕ ਪ੍ਰਬੰਧ ਕਰਦੇ ਹੁੰਦੇ ਆ, ਇਹ ਵੀ ਚੰਗੀ ਗੱਲ ਹੈ, ਮੇਲ ਗਿਲ ਰੱਖਣਾ ਇਹ ਵੀ ਚੰਗੀ ਗੱਲ ਹੈ, ਪਰ ਸਭ ਤੋਂ ਚੰਗੀ ਗੱਲ ਹੈ ਆਪਣੇ ਗੁਰੂ 'ਤੇ ਵਿਸ਼ਵਾਸ ਰੱਖਣਾ, ਗੁਰੂ 'ਤੇ ਸ਼ਰਧਾ ਰੱਖਣਾ। ਇਸ ਗੱਲ ਤੋਂ ਹੀਣਾ ਸੀ ਪਿਰਥੀ ਚੰਦ, ਹੈ ਗੁਰੂ ਕਾ ਸਾਹਿਬਜ਼ਾਦਾ ਸੀ, ਪਰ ਆਪਣੇ ਗੁਰੂ ਰਾਮਦਾਸ ਮਹਾਰਾਜ ਨੂੰ ਪਿਤਾ ਹੀ ਸਮਝਦੇ ਸੀ। ਪਿਰਥੀ ਚੰਦ ਨੂੰ ਇਹ ਵੀ ਪਤਾ ਸੀ ਕਿ ਜਦੋਂ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ੀ ਹੈ, ਗੁਰੂ ਅਮਰਦਾਸ ਮਹਾਰਾਜ ਨੇ ਆਪਣੀ 12 ਸਾਲ ਉਮਰਾਂ ਗੁਰੂ ਰਾਮਦਾਸ ਮਹਾਰਾਜ ਨੂੰ ਬਖਸ਼ੀ ਸੀ, ਉਹ ਵੀ ਪੂਰੀ ਹੋਣ ਵਾਲੀ ਹੈ। ਇਸ ਗੱਲ ਦਾ ਵੀ ਪਿਰਥੀ ਚੰਦ ਨੂੰ ਪਤਾ ਸੀ। ਪਿਰਥੀ ਚੰਦ ਜੀ ਨੂੰ ਬੁਲਾਇਆ, ਕਹਿਣ ਲੱਗੇ ਪਿਰਥੀ ਚੰਦ, ਤੇਰਾ ਭਰਾ, ਤੇਰੇ ਭਰਾ ਦੀ ਸ਼ਾਦੀ ਹੈ,
ਸਿਆਰੀ ਮੱਲ ਆਏ ਨੇ ਲਾਹੌਰ ਤੋਂ, ਜਾਓ ਇਹਨਾਂ ਦੇ ਨਾਲ ਲਾਹੌਰ, ਵਿਆਹ ਵੀ ਸ਼ਾਮਿਲ ਹੋਵੋ। ਉਸ ਤੋਂ ਬਾਅਦ ਉੱਥੇ ਰਹਿ ਕੇ ਸਿੱਖੀ ਦਾ ਨਾਮ ਬਾਣੀ ਦਾ ਪ੍ਰਚਾਰ ਕਰਿਓ, ਜਦੋਂ ਬੁਲਾਵਾਂਗੇ ਫਿਰ ਆਇਓ। ਪਿਰਥੀ ਚੰਦ ਨੇ ਵਿਚਾਰਿਆ ਕਿ ਗੁਰੂ ਰਾਮਦਾਸ ਮਾਰ ਦਾ ਸਰੀਰਕ ਸਮਾਂ ਪੂਰਾ ਹੋਣ ਵਾਲਾ ਹੀ, ਜੇ ਮੈਨੂੰ ਬੁਲਾਇਆ ਹੀ ਨਾ ਉੱਥੋਂ, ਅਤੇ ਗੁਰਤਾ ਗੱਦੀ ਕਿਸੇ ਹੋਰ ਮੇਰੇ ਭਰਾ ਨੂੰ ਦੇ ਦੇਣਗੇ। ਅੰਦਰ ਤਾਂ ਇਹ ਵਿਚਾਰ ਸੀ ਉਹਦੇ। ਉੱਤੋਂ ਕਹਿੰਦਾ, ਮਹਾਰਾਜ ਮੈਂ ਲਾਹੌਰ ਚਲਾ ਗਿਆ, ਇਹ ਮਹਾਂਦੇਵ ਸਮਾਧੀ 'ਚ ਹੀ ਰਹਿੰਦਾ, ਅੱਖਾਂ ਮੀਟ ਕੇ ਬੈਠਾ ਰਹਿੰਦਾ, ਆ ਅਰਜਨ ਦੇਵ ਤੁਹਾਡੇ ਕੋਲ ਬੈਠਾ ਰਹਿੰਦਾ, ਅਤੇ ਗੁਰੂ ਘਰ ਦੀ ਸੇਵਾ ਸੰਭਾਲ ਕੌਣ ਕਰੇਗਾ? ਮਹਾਰਾਜ ਕਹਿੰਦੇ, ਪਿਰਥੀ ਚਾਹੁੰਦੇ ਤਾਂ ਗੁਰੂ ਨਾਨਕ ਦਾ ਘਰ ਹੈ, ਗੁਰੂ ਨਾਨਕ ਦਾ ਥੜਾ, ਇੱਕ ਗਿਆ ਦੂਜਾ ਖੜਾ, ਇਹ ਤਾਂ ਗੁਰੂ ਜਿਹਦੇ ਸਿਰ 'ਤੇ ਹੱਥ ਧਰ ਦੇਗਾ ਉੱਥੋਂ ਸੇਵਾ ਲੈ ਲਏਗਾ। ਜਿਹੜੀ ਸੇਵਾ ਕਰਾਉਣੀ ਹੈ ਗੁਰੂ ਨੇ ਸਿਰ 'ਤੇ ਹੱਥ ਧਰ ਕੇ, ਉਹ ਚਾਹੇ ਤਾਂ ਗੀਤਾ ਦੇ ਅਰਥ ਕਰਾ ਦੇਵੇ ਛੱਜੂ ਝੀਵਰ ਤੋਂ, ਉਹ ਚਾਹੇ ਤਾਂ ਭਾਈ ਬਜਿੱਤਰ ਸਿੰਘ ਤੋਂ ਹਾਥੀ ਦਾ ਮੁਕਾਬਲਾ ਕਰਾ ਦੇਵੇ, ਉਹ ਗੁਰੂ ਚਾਹੇ ਤਾਂ ਧੰਨਾ ਸਿੰਘ ਤੋਂ ਚੰਦਨ ਕਵੀ ਵਰਗੇ ਦੰਦ ਖੱਟੇ ਕਰਾ ਦੇਵੇ, ਘੋੜਿਆਂ ਨੂੰ ਘਾਹ ਚਾਰਨ ਵਾਲਾ ਭਾਈ ਧੰਨਾ ਸਿੰਘ, ਲਿੱਦ ਹਟਾਉਣ ਵਾਲਾ ਘਾਹ ਖੋਤ ਕੇ ਲਿਆਉਣ ਵਾਲਾ ਭਾਈ ਧੰਨਾ ਸਿੰਘ, ਚੰਚਲ ਕਵੀ ਕਹਿੰਦਾ ਮੈਂ ਤੁਹਾਡੇ ਨਾਲ ਚਰਚਾ ਕਰਨੀ ਹੈ ਦਸਵੇਂ ਪਾਤਸ਼ਾਹ ਮਾਰਨ ਨੂੰ। ਕਹਿੰਦੇ ਮਹਾਰਾਜ ਕਹਿੰਦੇ ਉਹ ਘਾਹ ਪਾ ਰਿਹਾ ਘੋੜਿਆਂ ਨੂੰ, ਉਹਨਾਂ ਨਾਲ ਉਹਦੇ ਨਾਲ ਕਰ ਲੈ ਜਾ ਕੇ। ਭਾਈ ਧੰਨਾ ਸਿੰਘ ਦੀ ਸਵਾਲ ਦਾ ਜਵਾਬ ਹੀ ਨਹੀਂ ਆਇਆ, ਅਰਥ ਪਾਤਾ ਨੂੰ ਆਇਆ ਹੀ ਨਹੀਂ ਹੈ। ਇਸ ਕਰਕੇ ਸਾਧ ਸਿੰਘ ਜੀ, ਇਹ ਗੁਰੂ ਚਾਹੇ ਜਿਹੜੀ ਵੀ ਸੇਵਾ ਲੈਣੀ ਹੋਵੇ ਸਿੱਖ ਦੇ ਸਿਰ 'ਤੇ ਤਰ ਕੇ ਲੈ ਸਕਦਾ ਹੈ, ਸਿੱਖ ਦੀ ਕੋਈ ਚਤਰਾਈ ਨਹੀਂ ਹੈ। ਪਰ ਕਈ ਵਾਰੀ ਸਿੱਖ ਨੂੰ ਇਹ ਭੁਲੇਖਾ ਜ਼ਰੂਰ ਪੈ ਜਾਂਦਾ ਵੀ ਜੇ ਮੈਂ ਇੱਥੇ ਸੇਵਾ ਨਾ ਕਰਾਂ ਲਾਹੌਰਾ ਸਾਹਿਬ, ਇੱਥੇ ਤਾਂ ਕੁਛ ਨਹੀਂ ਹੋਣਾ, ਮੇਰੇ ਘਰ ਕੀ ਮਾੜਾ ਆ। ਇਹਨੂੰ ਹੀ ਨਹੀਂ ਪਤਾ ਵੀ ਤੂੰ ਤਾਂ ਆਪ ਕਿਸੇ ਆਸਰੇ ਤੁਰਿਆ ਫਿਰਦਾ, ਆ ਜਿਹੜਾ ਇੰਨਾ ਕੁ ਸਵਾਸ ਅਰੋਗਿਆ ਚੱਕ ਕੇ ਇਸ ਵੇਲੇ ਨੂੰ ਲੈ ਜਾਣਗੇ, ਸਾਡੇ ਵਾਲੇ ਤਾਂ ਕੋਈ ਥਾਂ ਨਹੀਂ ਨਾ ਹੁੰਦੀ ਪੱਕੀ, ਉੱਥੇ ਮਗਰੋਂ ਸਬਜ਼ੀ ਬੀਜ ਦਿੰਦੇ ਨੇ ਕਰਕੇ ਕੀਰਤਨ ਸੋਹਲਾ ਪੜ੍ਹ ਕੇ ਉਹਦਾ। ਇਹਨੂੰ ਐਵੇਂ ਭੁਲੇਖਾ ਪੈ ਗਿਆ ਵੀ ਤਾਂ ਮੇਰੇ ਕਰਕੇ ਹਿਲਜੁਲ ਜੀ ਹੋ ਰਹੀ ਹੈ, ਮਾੜੀ ਮੋਟੀ ਜੇ ਨਾ ਹੁੰਦਾ ਵਾ ਫਿਰ ਤਾਂ ਕੰਮ ਰਹਿ ਗਿਆ ਸੀ ਸਾਰਾ ਹੀ। ਇਹ ਅਰਦਾਸ ਕਰਿਆ ਕਰੇ ਵੀ ਗੁਰੂ ਨੇ ਮੇਰੇ 'ਤੇ ਕਿਰਪਾ ਕੀਤੀ ਹੈ ਕਿ ਸਾਰੀ ਦੁਨੀਆ ਵੱਸਦੀ ਹੈ, ਗੁਰੂ ਨੇ ਮੈਨੂੰ ਕਿਉਂ ਸੇਵਾ ਬਖਸ਼ੀ ਹੈ, ਮੇਰੇ ਵੱਡੇ ਭਾਗ ਨੇ ਕਿ ਮੈਨੂੰ ਗੁਰੂ ਘਰ ਦੀ ਸੰਗਤ ਦੀ ਸੇਵਾ ਮਿਲ ਗਈ। ਟਹਿਲ ਮਹਿਲ ਤਾਂ ਕੋ ਮਿਲੈ, ਜਾਂ ਕੋ ਸਾਧ ਕਿਰਪਾਲ, ਸਾਧੂ ਸੰਗਤ ਤੋ ਵਸੈ ਜੋ ਆਪਣ ਹੋਏ ਦਿਆਲ। ਆ ਤੁਸੀਂ ਪਿੰਡਾਂ 'ਚੋਂ ਜ਼ਿਆਦਾ ਆਏ ਹੋਏ ਹੋ, ਆ ਟਟੀਰੀ ਤਾਂ ਤੁਸੀਂ ਸਮਝਦੇ ਹੋ, ਇੱਧਰ ਟਟੀਰੀ ਕਹਿੰਦੇ ਹੋ ਤਾਂ ਟਿਓਲੀ ਕਹਿੰਦੇ ਨੇ, ਹੈ ਉਹੀ ਨੇ। ਉਹ ਜਦੋਂ ਰਾਤ ਨੂੰ ਸੌਂਦੀ ਹੈ ਨਾ, ਉਹ ਪੈਰ ਉਤਾਂ ਨੂੰ ਕਰਕੇ ਪੈਂਦੇ ਵੀ ਰੱਬ ਨਾ ਡਿੱਗ ਜਾ ਕਿਤੇ, ਦੇਖ ਲਓ ਕਿੱਡੇ ਕਿੱਡੇ ਪਿੱਲਰ ਨੇ ਉਹਦੇ। ਆਹੀ ਭੁਲੇਖਾ ਆਪਾਂ ਨੂੰ ਪਿਆ ਹੋਇਆ ਵੀ ਰੱਬ ਆਪਾਂ ਥੰਮਾਂਗੇ ਹੁਣ, ਉਹ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਅਰਦਾਸ ਕਰਿਆ ਕਰੋ ਮਾਰ ਦੇ ਚਰਨਾਂ 'ਚ ਵੀ ਮਹਾਰਾਜ ਭਲਾ ਕਰਦੀ, ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਧੱਕੇ ਖਾਂਦੇ ਫਿਰਦੇ ਆ ਪਹਿਲਾਂ ਹੀ, ਹੁਣ ਬਖਸ਼ ਦਿਓ ਮਹਾਰਾਜ। ਇਸ ਕਰਕੇ ਪਿਰਥੀ ਚੰਦ ਕਹਿੰਦਾ, ਮਹਾਰਾਜ ਜੇ ਮੈਂ ਵੀ ਲਾਹੌਰ ਤੁਰ ਗਿਆ ਫਿਰ ਸੇਵਾ ਸੰਭਾਲ ਕੌਣ ਕਰੇਗਾ? ਉਹ ਮਹਾਰਾਜ ਕਹਿੰਦੇ, ਉਹ ਪਿਰਥੀ ਚੰਦ ਜਾ, ਤੂੰ ਸਾਡਾ ਬਚਨ ਮੰਨ, ਗੁਰੂ ਜੀ ਤੋਂ ਮਰਜ਼ੀ ਸੇਵਾ ਕਰਾ ਲਓ। ਕਹਿੰਦਾ ਮੈਂ ਨਹੀਂ ਜਾ ਸਕਦਾ। ਇੱਕ ਉੱਤੋਂ ਨਮਸਕਾਰ ਕਰਨੀ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕੰਡੇ ਕੱਚਿਆ। ਉਹਦੀ ਹਰ ਗੱਲ ਕੱਚੀ, ਅੰਦਰ ਹੋਰ ਗੱਲਾਂ ਚੱਲਦੀਆਂ ਨੇ, ਉੱਤੋਂ ਨਮਸਕਾਰ ਵੀ ਕਰਦਾ ਹੈ। ਮਹਾਰਾਜ ਕਹਿੰਦੇ ਨਮਸਕਾਰ ਕੀਤਿਆਂ ਗੱਲ ਨਹੀਂ ਬਣਨੀ, ਇਹ ਤਾਂ ਜਿਹੜਾ ਅਪਰਾਧੀ ਬੰਦਾ ਉਹ ਜ਼ਿਆਦਾ, ਮਹਾਰਾਜ ਕਹਿੰਦੇ ਝੁੱਕ ਝੁੱਕ ਕੇ ਸਲਾਮ ਕਰਦਾ। ਕਿਉਂ? ਪ੍ਰਮਾਣ ਦਿੱਤਾ ਕਿਉਂ? ਜਿਹੜਾ ਸ਼ਿਕਾਰੀ ਹੁੰਦਾ ਨਾ ਮਿਰਗ ਨੂੰ ਮਾਰਨ ਵਾਲਾ, ਉਹ ਕੂਹਣੀਆਂ 'ਤੇ ਤੁਰਦਾ ਵੀ ਜੇ ਮੈਂ ਖੜ੍ਹਾ ਹੋਇਆ ਉਹਨੇ ਭੱਜ ਜਾਣਾ, ਖੜਕਾ ਹੋਇਆ।
ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰ ਗਾਹੇ। ਜਿਹਨੇ ਮਾਰਨਾ ਹੁੰਦਾ ਨਾ ਮਿਰਗ ਨੂੰ, ਉਹ ਕਰੋਲਿੰਗ ਕਰਦੇ ਨੇ ਫੌਜੀ ਸਿੰਘ ਦੇ ਨੇ, ਕਰੋਲਿੰਗ ਕੂਣੀਆਂ 'ਤੇ, ਕੂਣੀਆਂ 'ਤੇ ਤੁਰਦਾ, ਜੇ ਉੱਠ ਕੇ ਖੜ੍ਹਾ ਹੋਇਆ ਉਹਨੇ ਭੱਜ ਜਾਣਾ। ਕਹਿੰਦੇ ਉਹ ਤਾਂ ਜ਼ਿਆਦਾ ਝੁਕ ਰਿਹਾ ਤੇਰੇ ਨਾਲੋਂ, ਪਰ ਮਨਸਾ ਅੰਦਰ ਹੋਰ ਹੈ, ਜਿਹਨੇ ਝੁਕਣਾ ਸੀ ਉਹ ਨਹੀਂ ਝੁਕਿਆ, ਬਸ ਝੁਕ ਗਿਆ ਫਿਰ ਤੇਰਾ ਕੰਮ ਬਣ ਵੀ ਜਾਏਗਾ। ਸਾਧ ਸੰਗਤ ਰਹਿਤ ਅਵਰ ਕਾ ਸ਼ਵਰ ਕਮਾਵਤ, ਮਨ ਨੀ ਪ੍ਰੀਤ ਮੁੱਖੋਂ ਗੰਢ ਲਾਵਤ। ਇਹ ਹਾਲਤ ਸੀ ਪ੍ਰਿਥੀ ਚੰਦ ਦੀ। ਮਹਾਰਾਜ ਕਹਿੰਦੇ ਉਹ ਪ੍ਰਿਥੀ ਚੰਦ ਅੱਜ ਲਾਹੌਰ ਜਾਣਾ ਸੀ ਵਿਆਹ 'ਤੇ, ਤੂੰ ਅੱਜ ਜਵਾਬ ਦੇ ਦਿੱਤਾ, ਅਤੇ ਕੱਲ੍ਹ ਨੂੰ ਲਾਹੌਰ ਤਵੀ 'ਤੇ ਬਹਿਣ ਜਾਣਾ, ਫਿਰ ਤੂੰ ਕਦੋਂ ਜਾਏਗਾ? ਤੂੰ ਤਾਂ ਅੱਜ ਹੀ ਜਾਣਾ ਤਾਂ ਲਾਹੌਰ ਹੀ ਸੀ ਨਾ, ਤਵੀ 'ਤੇ ਬੈਠਣ ਵੀ ਜਾਣਾ ਪੈਣਾ, ਅਤੇ ਅੱਜ ਤੂੰ ਜਵਾਬ ਵਿਆਹ ਤੂੰ ਦੇ ਗਿਆ। ਫਿਰ ਮਹਾਂਦੇਵ ਜੀ ਨੂੰ ਬੁਲਾਇਆ। ਮਹਾਂਦੇਵ ਕਹਿੰਦਾ ਜਦੋਂ ਵਿਆਹ ਕਰਾਇਆ ਹੀ ਨਹੀਂ, ਫਿਰ ਅਸੀਂ ਕਿਸੇ ਦੇ ਵਿਆਹ 'ਤੇ ਕੀ ਲੈਣ ਜਾਣਾ? ਸਾਡੇ ਵਰਗੇ ਫਕਰਾਂ ਨੇ ਇਹੋ ਜਿਹੀਆਂ ਖੁਸ਼ੀਆਂ ਗਮੀਆਂ ਤੋਂ ਕੀ ਲੈਣਾ? ਭਾਵੇਂ ਬਾਅਦ ਵਿੱਚ ਮਹਾਂਦੇਵ ਜੀ ਦੀ ਸ਼ਾਦੀ ਹੋਈ ਹੈ, ਉਹ ਫਕਰ ਬਿਰਤੀ ਦੇ ਸੀ। ਭਾਵੇਂ ਬ੍ਰਹਮ ਗਿਆਨੀ ਕਿਉਂ ਨਹੀਂ ਸਾਧਸੰਗ ਜੀ, ਪਰ ਉਹਨੂੰ ਵੀ ਬਚਨ ਗੁਰੂ ਦਾ ਮੰਨਣਾ ਜ਼ਰੂਰੀ ਹੈ। ਇੱਕ ਦਿਨ ਮਹਾਂਪੁਰਸ਼ਾਂ ਨੂੰ ਅਸੀਂ ਗੁਟਕਾ ਸਾਹਿਬ ਲੈ ਕੇ ਨਿਤਨੇਮ ਕਰਦੇ ਦੇਖਿਆ, ਮਨ 'ਚ ਆਇਆ ਕਿ ਇੰਨੀ ਬੰਦਗੀ, ਇੰਨੀ ਉੱਚੀ ਅਵਸਥਾ 'ਤੇ ਜਾ ਕੇ ਵੀ ਅਜੇ ਨਿਤਨੇਮ ਕਰਨਾ ਬਾਕੀ ਹੈ। ਗੁਟਕਾ ਸਾਹਿਬ ਸੰਤੋਖ ਕੇ ਸਾਨੂੰ ਕਹਿੰਦੇ ਉੱਥੇ ਰੱਖ ਦਿਓ ਉੱਚੀ ਜਗ੍ਹਾ 'ਤੇ। ਸਾਡੇ ਮਨ ਦੀ ਜਾਣ ਕੇ ਕਹਿੰਦੇ ਚਾਹੇ ਬ੍ਰਹਮ ਗਿਆਨੀ ਕਿਉਂ ਨਹੀਂ, ਬਖਤੇ ਅਖੀਰ ਤੱਕ ਜੋ ਪੰਜ ਪਿਆਰਿਆਂ ਤੋਂ ਹੁਕਮ ਮਿਲਿਆ ਨਾ ਉਹਨੂੰ ਮਾਰਦੀ ਹਜ਼ੂਰੀ 'ਚ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣੀਆਂ, ਅਖੀਰਲੇ ਸਵਾਸ ਤੱਕ ਨਾ ਨਿਤਨੇਮ ਛੱਡਣਾ, ਨਾ ਰਹਿਤ ਵਹਿਤ ਛੱਡਣੀ ਹੈ, ਅਤੇ ਨਾ ਗੁਰੂ ਦੇ ਹੁਕਮ ਤੋਂ ਟਸ ਤੋਂ ਮਸ ਨਹੀਂ ਹੋਣਾ ਹੈ, ਫਿਰ ਜਾ ਕੇ ਭੇਦ ਹੋਏਗਾ। ਜਿਹੜਾ ਪੰਜ ਬਾਣੀ ਆਪਾਂ ਨੂੰ ਲੱਗ ਜਾਓ ਗੁਰਦੁਆਰੇ ਨਿਤਨੇਮ ਤਾਂ ਆਪਾਂ ਕਰ ਹੀ ਲਿਆ, ਉੱਥੇ ਵੀ ਪਾਠ ਹੀ ਕਰਦੇ ਹੈ, ਇਹ ਵੀ ਸਿੱਖਾ ਤੇਰਾ ਨਿੱਤ ਕਰਮ ਹੈ। ਇਸ ਕਰਕੇ ਕਈ ਕਹਿੰਦੇ ਨੇ ਸਿਮਰਨ ਕਰੀਏ ਕਿ ਬਾਣੀ ਪੜ੍ਹੀਏ, ਸਿਮਰਨ ਵੀ ਕਰਨਾ ਹੈ। ਜੋ ਹੁਕਮ ਮਿਲਿਆ ਨਾ ਪੰਜ ਪਿਆਰਿਆਂ ਦਾ ਮਾਰ ਦੀ ਜੂਰੀ 'ਚ, ਉਹ ਗੁਰੂ ਦਾ ਹੁਕਮ ਹੈ। ਬਾਕੀ ਤਾਂ ਤੁਹਾਨੂੰ ਕੋਈ ਸਲਾਹ ਦੇ ਸਕਦਾ, ਕੋਈ ਵਿਚਾਰ ਦੱਸ ਸਕਦਾ, ਪਰ ਉਦੋਂ ਉੱਪਰ ਕਿਸੇ ਦਾ ਹੁਕਮ ਨਹੀਂ ਹੈ। ਸਿਮਰਨ ਕਰੋ ਵੱਧ ਤੋਂ ਵੱਧ, ਬਾਣੀ ਦਾ ਅਭਿਆਸ ਵੱਧ ਤੋਂ ਵੱਧ ਕਰੋ। ਬਾਕੀ ਜੋ ਪੰਜ ਪਿਆਰਿਆਂ ਨੇ ਉਪਦੇਸ਼ ਦਿੱਤਾ ਨਾ ਮਾਰ ਦੀ ਜੂਰੀ 'ਚ, ਉਹਨੂੰ ਵਕਤ ਅਖੀਰ ਤੱਕ ਕਮਾਉਣਾ ਹੁੰਦਾ। ਮਹਾਂਦੇਵ ਜੀ ਨੇ ਵੀ ਜਵਾਬ ਦਿੱਤਾ, ਭਾਵੇਂ ਬਿਰਤੀ ਅਵਧੂਤ ਸੀ, ਮਹਾਰਾਜ ਕਹਿੰਦੇ ਸਾਨੂੰ ਗਿਲਾ ਤਾਂ ਕੋਈ ਨਹੀਂ ਤੇਰੇ 'ਤੇ, ਪਰ ਤੇਰੀ ਤਾਂ ਅਵਸਥਾ ਹੀ ਇਹ ਹੈ, ਪਰ ਅੰਦਰੋਂ ਵੀ ਬਚਨ ਨਹੀਂ ਮੰਨਿਆ। ਫਿਰ ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਬੁਲਾਇਆ, ਅਰਜਨ ਦੇਵ ਲਾਹੌਰ ਜਾਣਾ, ਇਹ ਨਹੀਂ ਪੁੱਛਿਆ ਕਿਉਂ ਜੀ, ਕੀ ਕਰਨ ਜਾਣਾ ਜੀ? ਸੱਤ ਬਚਨ ਮਹਾਰਾਜ, ਜੋ ਗੁਰੂ ਨੇ ਕਿਹਾ ਸੱਤ ਕਹੇ ਤਾਂ ਬਸ, ਕੰਮ ਤਾਂ ਇੰਨਾ ਹੀ ਹੈ। ਬੁੱਲਿਆ ਗੱਲ ਤਾਂ ਬੜੀ ਸਵੱਲੀ ਹੈ, ਅੱਲ ਪਲੱਲੀ ਵੀ ਬੜੀ ਹੈ, ਜੇ ਸਮਝਣ ਲੱਗ ਗਏ ਤਾਂ ਪੱਲੇ ਵੀ ਕੱਖ ਨਹੀਂ ਪੈਂਦਾ। ਬਸ ਸੱਤ ਬਚਨ, ਸੱਤ ਬਚਨ ਮਹਾਰਾਜ। ਉੱਥੇ ਵਿਆਹ ਵੀ ਸ਼ਾਮਿਲ ਹੋਣਾ ਹੈ, ਵਿਆਹ ਤੋਂ ਬਾਅਦ ਉੱਥੇ ਰਹਿ ਕੇ ਸਿੱਖੀ ਦਾ ਪ੍ਰਚਾਰ ਕਰਨਾ ਹੈ, ਜਦ ਤੱਕ ਬੁਲਾਈਏ ਨਾ ਉਹਨਾਂ 'ਚ ਰੌਣਾ ਨਹੀਂ ਹੈ। ਗਰੀਬ ਨਿਵਾਜ, ਮੱਛੀ ਪਾਣੀ ਤੋਂ ਬਿਨਾਂ ਇੱਕ ਛਿਨ ਨਹੀਂ ਰਹਿ ਸਕਦੀ, ਆਪਦਾ ਹੁਕਮ ਮੇਟਿਆ ਨਹੀਂ ਜਾ ਸਕਦਾ, ਪਰ ਆਪਦੇ ਦਰਸ਼ਨਾਂ ਤੋਂ ਬਿਨਾਂ ਰਿਹਾ ਵੀ ਨਹੀਂ ਜਾ ਸਕਦਾ। ਕਿਰਪਾ ਕਰਿਓ, ਛੇਤੀ ਬੁਲਾ ਲਿਓ। ਇਹ ਬੇਨਤੀ ਵੀ ਕਰਦੇ ਆ ਮਹਾਰਾਜ ਦੇ ਚਰਨਾਂ ਵਿੱਚ। ਜਿੰਦ ਬਚਦੀ ਨਹੀਂ ਗੁਰ ਸ਼ਬਦ ਬਿਨਾ, ਬਚਦੀ ਨਹੀਂ ਗੁਰ ਸ਼ਬਦ ਬਿਨਾ,
ਬਚਦੀ ਨਹੀਂ ਜਿੰਦ ਬਚਦੀ ਨਹੀਂ ਗੁਰ ਦਰਸ਼ਨ ਬਿਨਾ ਐਸੇ ਨੀਰ ਬਿਨਾ ਮਛਲੀ ਬਚਦੀ ਨਹੀਂ ਜਿੰਦ ਬਚਦੀ ਨਹੀਂ ਗੁਰ ਦਰਸ਼ ਬਿਨਾ ਮਛਲੀ ਬਿਨ ਪਾਣੀ ਐ ਜੋ ਜੀਵਨ ਪਾਵੇ ਮੂਨੇ ਵੀ ਹੋਣਾ ਚਾਤਰ ਕੋ ਪਤਾਵੇ ਨਾਲ ਪਰੰਗ ਬਿਦਿਆ ਨਾਲ ਪਰੰਗ ਬਿਦਿਆ ਸਨ ਮੁਖ ਉਠਾਵੇ ਕਬਰ ਲੋਭੀ ਕੁਸੰਬਾਸ ਕਾ ਹਰ ਪ੍ਰੀਤ ਹੈ ਏਕ ਦਰਸ਼ਕ ਹਾਵੇ ਜੋ ਮਛਲੀ ਬਿਨ ਪਾਣੀ ਹੈ ਨਮਸਕਾਰ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਸਿਹਾਰੀ ਮੱਲ ਜੀ ਦੇ ਨਾਲ ਲਾਹੌਰ ਚਲੇ ਗਏ। ਵਿਆਹ ਦਾ ਦਿਨ ਆਇਆ, ਸ਼ਗਨਾਂ ਨਾਲ ਲੰਘ ਗਿਆ, ਧਰਮਸ਼ਾਲਾ ਵਿੱਚ ਰਿਹਾਇਸ਼ ਕਰਵਾ ਦਿੱਤੀ। ਦੋ ਟਾਈਮ ਸੰਗਤ ਜੁੜਦੀ ਹੈ, ਲਾਹਾ ਲੈਂਦੀ ਹੈ, ਗੁਰੂ ਕਾ ਲੰਗਰ ਜਾਰੀ ਹੈ, ਸੰਗਤ ਲਾਹਾ ਲੈ ਰਹੀ ਹੈ। ਪਰ ਜਿਉਂ ਜਿਉਂ ਦਿਨ ਵੱਧਦੇ ਜਾਂਦੇ ਨੇ ਤਿਉਂ ਤਿਉਂ ਅੰਦਰ ਵਿਛੋੜੇ ਦਾ ਦੁੱਖ ਵੱਧਦਾ ਜਾਂਦਾ ਹੈ। ਸੋ ਸਤਿਸੰਗ ਜੀ, ਲਾਗੀ ਹੋਏ ਸੋ ਜਾਣੈ ਪੀਰ, ਰਾਮ ਭਗਤ ਅਨਿਆਲੇ ਤੀਰ। ਇਹ ਦੁੱਖ ਜਿਹਨੇ ਦੇਖਿਆ ਹੋਵੇ, ਜਿਹਨੂੰ ਲੱਗਿਆ ਹੋਵੇ, ਉਹਨੂੰ ਪਤਾ ਹੈ। ਜਿਸ ਸੰਤਰ ਪ੍ਰੀਤ ਪ੍ਰਮ ਕੀ, ਜਿਉਂ ਬੋਲਣ ਤਿਵੇਂ ਸੁਹਨ। ਇਹ ਤਾਂ ਜਿਹਨੂੰ ਲੱਗੀ ਹੋਵੇ ਸਤਿਸੰਗ ਜੀ, ਲਾਗੀ ਹੋਏ ਸੋ ਜਾਣੈ ਪੀਰ, ਹਰ ਪ੍ਰੇਮ ਬਾਣੀ ਮਨ ਮਾਰਿਆ ਅਨਿਆਲੇ ਅਣੀਆਂ ਰਾਮ ਰਾਜ। ਜਿਸ ਅੰਤਰ ਪ੍ਰੀਤ ਪ੍ਰਮ ਕੀ ਸੋ ਜਾਣੈ ਜਰੀਆ, ਜੀਵਨ ਮੁਕਤ ਸੁਆਖਿਆ ਆਖੀਐ ਮਰ ਜੀਵੈ ਮਰੀਆ। ਜਾਂ ਨਾਨਕ ਸਤਿਗੁਰ ਮੇਲ ਹਰ ਜਗ ਦੁੱਤਰ ਤਰੀਆ। ਇਹ ਤਾਂ ਜਿਹਨੂੰ ਲੱਗੀ ਹੋਵੇ ਉਹਨੂੰ ਪਤਾ ਹੁੰਦਾ ਸਤਿਸੰਗ। ਵਿਛੋੜੇ ਦਾ ਦੁੱਖ ਅੰਦਰ ਵੱਧਦਾ ਜਾ ਰਿਹਾ ਹੈ। ਲਾਹੌਰ ਹੈ ਕਿ ਜਿਹੜੇ ਮਹਾਰਨੇ ਬਚਨ ਉਚਾਰੇ ਨੇ, ਮਿਲ ਮੇਰੇ ਪ੍ਰੀਤਮਾ ਜੀਓ ਹਾਂ ਤੁਦ ਬਿਨ ਖਰੀ ਨਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇ ਅੰਨ ਨਾ ਪਾਣੀ, ਪਾਣੀ ਅੰਨ ਨਾ ਭਾਵੇ, ਮਰੀਏ ਹਾਵੇ, ਬਿਨ ਪਿਰ ਕਿਉਂ ਸੁਖ ਪਾਈਏ, ਗੁਰ ਆਗੇ ਕਰੋ ਬੇਨਤੀ, ਜੇ ਗੁਰ ਭਾਵੇ ਜਿਉਂ ਮਿਲੇ ਤਿਵੇ ਮਿਲਾਈਏ। ਆਪੇ ਮੇਲ ਲਏ ਸੁਖਦਾਤਾ, ਆਪ ਮਿਲਿਆ ਘਰ ਆਏ, ਨਾਨਕ ਕਾਮਣ ਸਦਾ ਸੁਹਾਗਣ, ਨਾ ਫਿਰ ਮਰੇ ਨਾ ਜਾਏ। ਉਡੀਨੀ 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 ਕਬ ਘਰ ਆਵੇ ਰੀ, ਖੰਭ ਵਿਕਾਂਦੜੇ ਜੇ ਲਹਾਂ,
ਕਿੰਨਾ ਸਾਵੀਂ ਤੋਲ ਤਨ ਜੜਾਈ ਆਪਣੇ ਲਾਹਾਂ ਸੁ ਸੱਜਣ ਟੋਲ। ਖੰਭ ਬਾਜ਼ਾਰ 'ਚ ਕਿਤੇ ਵੇਖਦੇ ਹੁਣ ਜੜ ਕੇ ਸਰੀਰ ਨਾਲ ਉੱਡ ਕੇ ਜਾ ਕੇ ਮੈਂ ਦਰਸ਼ਨ ਕਰਿਆ। ਬੈਰਾਗ ਜਿਹੜੀਆਂ ਨੌ ਨਿਸ਼ਾਨੀ ਬੈਰਾਗੀ ਪੁਰਸ਼ਾਂ ਦੀਆਂ ਦੱਸੀਆਂ ਨਾ, ਜਿਹਨੂੰ ਰੱਬ ਦੇ ਮਿਲਣ ਦੀ ਤੜਫ ਲੱਗ ਜਾਂਦੀ ਹੈ, ਉਹਦੀਆਂ ਨੌ ਨਿਸ਼ਾਨੀਆਂ ਹੁੰਦੀਆਂ। ਆਸ਼ਕਾਰਾ ਨੌ ਨਿਸ਼ਾਨੀ ਹੈ ਪਿਸਰ, ਰੱਬ ਦੇ ਆਸ਼ਕਾਂ ਦੀਆਂ ਨੌ ਨਿਸ਼ਾਨੀਆਂ ਹੁੰਦੀਆਂ ਨ। ਰੰਗ ਜਰਦੋ ਆਹ ਸਰਦੋ ਚਸ਼ਮ ਤਰ, ਉਹਨਾਂ ਦੇ ਚਿਹਰੇ ਦਾ ਰੰਗ ਪੀਲਾ ਪੈ ਜਾਂਦਾ। ਰੰਗ ਜਰਦੋ ਆਹ ਸਰਦੋ, ਠੰਡੇ ਠੰਡੇ ਹੌਕੇ ਆਉਂਦੇ ਰਹਿੰਦੇ ਆ ਉਹਨਾਂ ਦੇ। ਚਸ਼ਮ ਤਰ, ਉਹਨਾਂ ਦੇ ਨੇਤਰਾਂ ਵਿੱਚੋਂ ਬਰਾਗ ਦਾ ਜਲ ਸੁੱਕਦਾ ਨਹੀਂ ਕਦੇ ਵੀ, ਨੇਤਰ ਤਰ ਰਹਿੰਦੇ ਨੇ ਹਰ ਵੇਲੇ, ਬਰਾਗ ਦਾ ਜਲ ਉਹਨਾਂ ਦੇ ਨੇਤਰਾਂ ਵਿੱਚ ਰਹਿੰਦਾ। ਕੰਮ ਖੁਰਦਨੋ ਕੰਮ ਗੁਪਤਨੋ ਖਾਬ ਸ਼ਹਰਾਮ, ਉਹਨਾਂ ਦਾ ਖਾਣਾ ਘੱਟ ਜਾਂਦਾ ਹੈ, ਉਹਨਾਂ ਦਾ ਬੋਲਣਾ ਘੱਟ ਜਾਂਦਾ ਹੈ, ਉਹ ਫਿਰ ਆਰਾਮ ਵੀ ਘੱਟ ਕਰਦੇ ਨੇ। ਇੰਤਜ਼ਾਰੀ ਬੇਕਰਾਰੀ ਦਸਤ ਸਰ, ਉਹ ਪਰਮਾਤਮਾ ਦੇ ਮਿਲਣ ਦੀ ਇੰਤਜ਼ਾਰੀ 'ਚ ਬੈਠੇ ਰਹਿੰਦੇ ਨੇ। ਕੋਈ ਦੁਨੀਆ ਦੀ ਚੀਜ਼ ਉਹਨਾਂ ਨੂੰ ਚੰਗੀ ਨਹੀਂ ਲੱਗਦੀ, ਮੱਥੇ 'ਤੇ ਹੱਥ ਧਰ ਕੇ। ਇਸ ਤਰ੍ਹਾਂ ਇਹ ਸਾਰੇ ਬਚਨ ਗੁਰੂ ਅਰਜਨ ਦੇਵ ਜੀ ਮਹਾਰਾਜ 'ਤੇ ਟੁੱਕਦੇ ਨੇ। ਕੋਠੇ 'ਤੇ ਬਹਿ ਕੇ ਲਾਹੌਰ ਤੋਂ ਅੰਮ੍ਰਿਤਸਰ ਦਾ ਰਾਹ ਤੱਕਦੇ ਰਹਿੰਦੇ ਨੇ। ਹੋ ਖੜੀ ਨਿਹਾਲੀ ਪੰਧ, ਮਤਮੂ ਸੱਜਣ ਆਵੇ, ਰਸਤਾ ਤੱਕ ਰਹੇ ਨੇ। ਕੋਈ ਗੁਰੂ ਮਾਰ ਦਾ ਭੇਜਿਆ ਗੁਰਮੁਖ ਸੱਜਣ ਆ ਰਿਹਾ ਹੋਵੇ ਸੁਨਿਆ ਲੈ, ਕੋਈ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ। ਸੋ ਇਹ ਹਾਲਤ ਹੋ ਗਈ, ਨਾ ਭੁੱਖ ਲੱਗਦੀ ਹੈ ਨਾ ਨੀਂਦ ਆਉਂਦੀ ਹੈ, ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ, ਚਿਹਰੇ ਦਾ ਰੰਗ ਪੀਲਾ ਪੈ ਗਿਆ। ਸੁਸ਼ਾਸਨ ਜੀ ਭਗਤ ਫਰੀਦ ਜੀ ਦਾ ਵੀ ਆਪਾਂ ਸਲੋਕ ਪੜ੍ਹਦੇ ਹਾਂ, ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡੇ ਕਾਗ, ਅਜੇ ਸੁਰੱਬ ਨਾ ਬਹੁੜਿਓ ਦੇਖ ਬੰਦੇ ਦੇ ਭਾਗ। ਉਸ ਵੇਲੇ ਜਦੇ ਅਵਸਥਾ ਹੁੰਦੀ ਫਿਰ ਸਰੀਰ ਅਤੇ ਚਿਹਰੇ ਦਾ ਰੰਗ ਕਾਲਾ ਹੋ ਜਾਂਦਾ, ਕਮਜ਼ੋਰ ਹੋ ਜਾਂਦਾ ਸਰੀਰ। ਉਹ ਫਿਰ ਸ਼ੀਸ਼ੇ ਅੱਗੇ ਖੜ੍ਹ ਕੇ ਚਿਹਰਾ ਥੋੜ੍ਹਾ ਦੇਖਦੇ ਰਹਿੰਦੇ ਨੇ, ਲੋਕ ਕੀ ਆਖਣਗੇ, ਲੋਕਾਂ ਨੇ ਕੀ ਆਖਣਾ, ਚੱਕ ਕੇ ਲੱਕੜ ਦੇ ਢੇਰ 'ਤੇ ਧਰ ਦੇਣਗੇ, ਹੋਰ ਕੀ ਆਖਣਾ ਉਹਨਾਂ ਨੇ। ਇਹਨੂੰ ਹੀ ਭੁਲੇਖਾ ਪਿਆ ਹੁੰਦਾ ਵੀ ਮੈਨੂੰ ਹੀ ਦੇਖਦੇ ਫਿਰਦੇ ਲੋਕ, ਪਤਾ ਨਹੀਂ ਉਹ ਤੂੰ ਜਿਹਨੂੰ ਦੇਖਣਾ ਉਹਦੇ ਵੱਲ ਦੇਖ, ਆਪੀ ਪਰਮਾਤਮਾ ਤੈਨੂੰ ਮਨੁੱਖਾ ਜਨਮ ਦਿੱਤਾ। ਕਈ ਅੱਧਾ ਅੱਧਾ ਦਿਨ ਸ਼ੀਸ਼ੇ ਅੱਗੇ ਮੂੰਹ ਛਿੱਲੀ ਜਾਣਗੇ ਖੜ੍ਹੇ। ਜੋ ਪਰਮਾਤਮਾ ਨੇ ਬਣਾ ਤਾ ਉਦੋਂ ਹੋਰ ਕੁਛ ਨਹੀਂ ਹੁੰਦਾ ਇਹਨੂੰ, ਇਹ ਮਿਲਿਆ ਤਾਂ ਨਾਮ ਜਪਣ ਵਾਸਤੇ, ਇਹਨੂੰ ਭੁਲੇਖਾ ਪਿਆ ਹੋਇਆ ਪਤਾ ਨਹੀਂ ਮੈਂ ਹੀ ਦੁਨੀਆ 'ਤੇ ਆਇਆ ਹੋਰ ਕੋਈ ਨਹੀਂ ਆਇਆ। ਸੁਸ਼ਾਸ ਸਿੰਘ ਜੀ ਜਦੋਂ ਮਨ ਬੇਬਲ ਹੋ ਗਿਆ ਫਿਰ ਕਾਗਜ਼ ਲੈ ਕੇ ਇੱਕ ਲਿਖ ਕੇ ਇੱਕ ਅੰਕ ਪਾ ਕੇ ਆਪਣੇ ਮਨ ਦੀ ਵੇਦਨਾ, ਆਪਣੇ ਮਨ ਦੀ ਅਵਸਥਾ ਅੱਖਰਾਂ ਦੁਆਰਾ ਕਾਗਜ਼ ਉੱਤੇ ਉਕਰਦੇ। ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ, ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ। ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ, ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ।
ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ ਕਿ ਗੁਰੂ ਰਾਮਦਾਸ ਮਹਾਰਾਜ ਬੁਲਾ ਕੇ ਗੁਰਤਾ ਗੱਦੀ ਨਾ ਦੇ ਦੇਣੇ। ਇਹ ਤਾਂ ਲਿਖ ਦਾਤ ਜੋਤ ਵਡਿਆਈ ਮਿਲ ਮਾਇਆ ਸੁਰਤ ਗੁਆਈ ਪਹਿਲਾਂ ਲਿਖੀ ਹੋਈ ਹੈ। ਸਾਰੀ ਦੁਨੀਆ ਵੈਰ ਕਰੀ ਜਾਏ ਇੱਕ ਪਾਸੇ ਹੋ ਕੇ, ਸਾਰੀ ਦੁਨੀਆ ਕੱਖ ਨਹੀਂ ਵਿਗਾੜ ਸਕਦੀ ਉਹਦਾ ਸਾਧ। ਇਹ ਤਾਂ ਲਿਖੀਆਂ ਹੋਈਆਂ ਨੇ, ਇਹ ਤਾਂ ਗੁਰੂ ਅਮਰਦਾਸ ਮਹਾਰਾਜ ਬਚਨ ਕਰਕੇ ਸੀ, ਦੋਇ ਥਾ ਬਾਣੀ ਕਾ ਬੋਇ ਥਾ। ਗੁਰੂ ਅਮਰਦਾਸ ਮਹਾਰਾਜ ਜੀ ਪਹਿਲਾਂ ਹੀ ਬਚਨ ਕਰਕੇ, ਇਹ ਤਾਂ ਲਿਖੀ ਹੋਈ ਹੈ, ਕੋਈ ਨਹੀਂ ਇਹਨੂੰ ਮੇਟ ਸਕਦਾ। ਹੁਣ ਚਾਹੇ ਜਿੰਨਾ ਮਰਜ਼ੀ ਕੋ ਵੈਰ ਵਿਰੋਧ ਕਰੀ ਜਾਏ, ਆ ਵੀ ਅੱਗੇ ਬਹਿ ਜਾਂਦੇ ਨੇ ਫਿਰ ਆਰਾਮ ਨਾਲ। ਉਹ ਪੱਤਰਕ ਆਪਣੀ ਜੇਬ 'ਚ ਪਾ ਲਈ, ਆਪਣੇ ਕੋਲੋਂ ਹੀ ਕਹਿ ਤਾ ਹੁਕਮ ਕਈ ਆਪਣੇ ਕੋਲੋਂ ਹੀ ਬਣਾ ਲੈਂਦੇ ਨੇ। ਤੈਨੂੰ ਮਹਾਰਾਜ ਦਾ ਹੁਕਮ ਹੈ, ਬੜੇ ਆਪਣੇ ਕੋਲੋਂ ਹੀ ਬਣਾਈ ਜਾਂਦੇ ਹੁੰਦੇ। ਕਹਿੰਦੇ ਗੁਰੂ ਰਾਮਦਾਸ ਮਹਾਰਾਜ ਦਾ ਹੁਕਮ ਹੈ, ਜੇ ਲਾਹੌਰ ਹੀ ਰਹਿਣਾ ਹੈ ਜਦ ਬੁਲਾਵਾਂਗੇ ਫਿਰ ਆਇਓ। ਉਹ ਸਿੱਖ ਨੇ ਆ ਕੇ ਇਸ ਤਰ੍ਹਾਂ ਹੀ ਕਹਿ ਤਾ, ਮਹਾਰਾਜ ਗੁਰੂ ਰਾਮਦਾਸ ਮਹਾਰਾਜ ਦਾ ਹੁਕਮ ਹੈ, ਜੇ ਲਾਹੌਰ ਹੀ ਰਹਿਣਾ ਹੈ, ਜਦ ਬੁਲਾਵਾਂਗੇ ਫਿਰ ਆਇਓ। ਲਾ ਦਿਨ ਬੀਤਦੇ ਜਾਂਦੇ ਹੈ, ਉਹ ਵਿਛੋੜੇ ਦਾ ਦੁੱਖ ਵੱਧਦਾ ਜਾਂਦਾ ਹੈ। ਫਿਰ ਦੂਸਰੀ ਪੱਤਰਿਕਾ ਲਿਖਦੇ ਹੈ ਆਪਣੇ ਮਨ ਦੇ ਖਿਆਲ। ਤੇਰਾ ਮੁਖੜਾ ਸੁਹਾਵਾ ਸੱਚੇ ਪਾਤਸ਼ਾਹ, ਸਹਿਜ ਧੁਨ ਤੇਰੀ ਬਾਣੀ ਹੈ। ਮੁਖੜਾ ਸੁਹਾਵਾ ਮੇਰੇ ਮਾਲਕਾ, ਸਹਿਜ ਧੁਨ ਤੇਰੀ ਬਾਣੀ। ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ। ਧਨ ਸੋ ਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮਰਾਰੇ ਜੀਓ। ਹਉ ਘੋਲੀ ਹਉ ਘੋਲ ਕਮਾਈ, ਗੁਰ ਸੱਜਣ ਮੀਤ ਮਰਾਰੇ ਜੀ। ਇਹ ਪੱਤਰਿਕਾ ਲੈ ਕੇ ਸਿੱਖ ਲਾਹੌਰ ਤੋਂ ਅੰਮ੍ਰਿਤਸਰ ਪਹੁੰਚਿਆ। ਪ੍ਰਿਥੀ ਚੰਦ ਨੇ ਦੇਖ ਲਿਆ ਉਹੀ ਸਿੱਖ ਹੈ, ਸੇਵਾਦਾਰ ਭੇਜ ਕੇ ਬੁਲਾਇਆ, ਪੱਤਰਿਕਾ ਲੈ ਕੇ ਪੜ੍ਹੀ, ਦੁਖੀ ਹੋਇਆ ਮਨ 'ਚ। ਸਵੇਰੇ ਸਾਨੂੰ ਮਿਲੀ ਜੋ ਮਾਰ ਦਾ ਹੁਕਮ ਹੋਏਗਾ ਤੈਨੂੰ
ਦੱਸ ਦਾਂਗੇ ਆਪਣੇ ਕੋਲੋਂ ਹੀ ਹੁਕਮ ਬਣਾ ਕੇ ਗਏ ਤਾਂ ਮਹਾਰਾਜ ਕਹਿੰਦੇ ਉੱਥੇ ਰਹਿਣਾ ਜੇ। ਮੁੜ ਆਇਆ ਸਿੱਖ, ਪੁੱਛਿਆ ਸਿੱਖਾ ਗੁਰੂ ਰਾਮਦਾਸ ਮਹਾਰਾਜ ਦੇ ਜਾ ਕੇ ਹਜ਼ੂਰੀ 'ਚ ਪੱਤਰਕਾਰ ਭੇਟਾ ਕੀਤੀਆਂ ਸੀ? ਨਹੀਂ ਮਹਾਰਾਜ, ਤੁਹਾਡੇ ਵੱਡੇ ਭਰਾ ਨੇ ਮੇਰੇ ਤੋਂ ਲੈ ਲਈਆਂ ਸੀ। ਜਾਣਦੇ ਸੀ ਕਪਟੀ ਹੈ, ਰਿਖਾਲੂ ਹੈ, ਦੁਬਧਾ ਦਾ ਭਰਿਆ ਹੋਇਆ ਹਿਰਦਾ। ਜਿੰਨੀ ਪਦਾਰਥਵਾਦੀ ਬਿਰਤੀ ਹੁੰਦੀ ਹੈ ਉਨੀ ਰਿਖਾਲੂ ਹੁੰਦੀ ਹੈ ਸਤਸੰਗ। ਜਿਹਦੇ ਕੋਲ ਜ਼ਿਆਦਾ ਨੇ ਉਹਦੇ ਨਾਲ ਈਰਖਾ, ਜਿਹਦੇ ਕੋਲ ਥੋੜ੍ਹੇ ਨੇ ਉਹਦੇ ਨਾਲ ਹੰਕਾਰ। ਸਵੇਰੇ ਖਰੀਦ ਲਾਂਗਾ ਜੇ ਬੋਲਿਆ ਦੇਖ ਲਈ, ਜਿਹਦੇ ਕੋਲ ਜ਼ਿਆਦਾ ਨੇ ਉਹਨੂੰ ਉਂਝ ਈਰਖਾ ਨਾਲ ਦੇਖਦੇ। ਇਹ ਬਣਿਆ ਰਹਿੰਦਾ ਕੰਮ। ਜਦੋਂ ਫਿਰ ਗੁਰੂ ਦੇ ਉਪਦੇਸ਼ 'ਤੇ ਚੱਲ ਕੇ ਸ਼ਬਦ ਨਾਲ ਬਾਣੀ ਨਾਲ ਜੁੜਦਾ, ਫਿਰ ਇਹਦੇ ਅੰਦਰ ਸਹਿ ਟਿਕਾ ਹੁੰਦਾ। ਉਨਾ ਚਿਰ ਤਾਂ ਫਿਰ ਕੜਾਹੀ ਦੇ ਵਿੱਚ ਜਿਵੇਂ ਦਾਣੇ ਭੁੱਜਦੇ ਹਨ, ਦੀ ਹਾਲਤ ਇਸ ਤਰ੍ਹਾਂ ਦੀ ਬਣੀ ਰਹਿੰਦੀ ਹੈ ਸਾਸ। ਸੋ ਆਓ, ਫਿਰ ਮਹਾਰਾਜ ਨੇ ਤੀਸਰੀ ਪੱਤਰਿਕਾ ਲਿਖੀ, ਤੀਸਰਾ ਅੰਕ ਪਾ ਕੇ ਤੋ ਸਿੱਖ ਨੂੰ ਫਿਰ ਦਿੰਦੇ ਆ, ਨਾਲੇ ਆਪਣੇ ਮਨ ਦੀ ਵੇਦਨਾ ਉਹਦੇ ਵਿੱਚ ਲਿਖਦੇ ਮਹਾਰਾਜ। ਇੱਕ ਘੜੀ ਨਾ ਮਿਲਤੇ ਜੀ ਕਲ ਯੁਗ ਹੋਤਾ, ਕਲ ਯੁਗ ਹੋਤਾ, ਘੜੀ ਨਾ ਮਿਲਤੇ ਜੀ ਕਲ ਯੁਗ ਹੋਤਾ, ਕਲ ਯੁਗ ਹੋਤਾ। ਘੜੀ ਨਾ ਮਿਲਦੇ ਕਲਯੁਗ ਹੋਤਾ, ਕਲਯੁਗ ਹੋਤਾ। ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ। ਮੋਹੇ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰਦਰਬਾਰੇ ਜੀਓ, ਹਾਂ ਘੋਲੀ ਜੀਓ ਘੋਲ ਘੁਮਾਈ, ਅਤੇ ਸੱਚੇ ਗੁਰਦਰਬਾਰੇ ਜੀ। ਹਦਾਇਤ ਕੀਤੀ, ਮੰਗੇ ਵੀ ਪਿਰਥੀ ਚੰਦ ਤਾਂ ਵੀ ਨਹੀਂ ਦੇਣੀ ਉਹਨੂੰ ਪੱਤਰਕ। ਸਿੱਖ ਚੱਲ ਕੇ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਪਹੁੰਚੇ। ਭਾਵੇਂ ਬੁਲਾਇਆ ਪਿਰਥੀ ਚੰਦ ਨੇ ਆਪਣਾ ਸੇਵਾਦਾਰ ਭੇਜ ਵੀ ਚਿੱਠੀ ਜਾ ਕੇ ਪਿਰਥੀ ਚੰਦ ਨੂੰ ਦੇ। ਉਹ ਸਿੱਖ ਕਹਿੰਦਾ ਪਿਰਥੀ ਚੰਦ ਕੋਈ ਉਹ ਪੋਸਟ ਥੋੜ੍ਹਾ ਜਿਹਦੇ ਵਿੱਚ ਚਿੱਠੀ ਪਾਉਂਦੇ ਹੁੰਦੇ ਨੇ ਡਾਕਿਆਂ ਲਈ, ਮੈਨੂੰ ਗੁਰੂ ਰਾਮਦਾਸ ਮਹਾਰਾਜ ਦਾ ਹੁਕਮ ਹੈ, ਜਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੁਕਮ ਹੈ, ਜਾ ਕੇ ਗੁਰੂ ਰਾਮਦਾਸ ਮਹਾਰਾਜ ਦੇ ਹਜ਼ੂਰੀ ਭੇਟਾ ਕੀਤੀ ਜਾ। ਅੰਤਰਜਾਮੀ ਸਭ ਇਹ ਜਾਣਦਾ, ਦੱਸਣ ਦੀ ਲੋੜ ਨਹੀਂ ਹੁੰਦੀ, ਉੱਥੇ ਨਾ ਚਲਾਕੀ ਚੱਲਦੀ ਹੁੰਦੀ, ਉਹ ਤਾਂ ਘੱਟ ਘੱਟ ਕੇ ਅੰਤਰ ਕੀ ਜਾਣਦਾ, ਬਿਨਾਂ ਬੋਲਿਆਂ ਸਭ ਕੁਛ ਜਾਣਦਾ, ਸਭ ਕੁਛ ਜਾਣਦਾ ਸਾਧ ਸੰਗਤ ਜੀ। ਸੋ ਆਓ, ਬਾਬਾ ਬੁੱਢਾ ਸਾਹਿਬ ਜੀ ਨਾਲ ਪੰਜ ਸਿੱਖ ਭੇਜੇ। ਚੱਲ ਕੇ ਬਾਬਾ ਬੁੱਢਾ ਸਾਹਿਬ ਜਦੋਂ ਆ ਰਹੇ ਸੀ, ਦੇਖਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਠੇ ਦੇ ਰਾਹ ਤੱਕ ਕਰੇ ਦੌੜ ਕੇ ਗਏ, ਗੱਲ ਲੱਗ ਕੇ ਮਿਲੇ। ਬੜੀ ਛੇਤੀ ਤਿਆਰੀ ਕਰਕੇ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਤੇ ਸਿਰ ਰੱਖਿਆ। ਬਰਾਗਾ ਬਰਾਗ ਦਾ ਜਲ ਨੇਤਰ ਵਹਿ ਤੁਰੇ, ਚਰਨ ਧੋ ਦਿੱਤੇ, ਧੀਰੀ ਦੇ ਕੇ ਕੋਲ ਬਿਠਾਇਆ। ਕਹਿੰਦੇ ਤੀਸਰਾ ਅੰਕ ਪਾਇਆ ਹੋਇਆ ਚਿੱਠੀ ਉੱਤੇ, ਜੀ ਮਹਾਰਾਜ ਦੋ ਪਹਿਲਾਂ ਭੇਜੀਆਂ, ਮਿਲੀਆਂ ਨਹੀਂ ਆਪ ਜੀ ਨੂੰ? ਮਹਾਰਾਜ ਕਹਿੰਦੇ ਨਹੀਂ, ਉਹ ਸਿੱਖ ਨਾਲ ਹੀ ਸੀ। ਕਹਿੰਦਾ ਮਹਾਰਾਜ ਪਿਰਥੀ ਚੰਦ ਨੇ ਲੈ ਲਈ ਸੀ ਮੇਰੇ ਤੋਂ। ਪਿਰਥੀ ਚੰਦ ਖੂਹ 'ਤੇ ਇਸ਼ਨਾਨ ਕਰ ਰਿਹਾ ਸੀ, ਕੋਈ ਸੇਵਾਦਾਰ ਬਸਤਰ ਫੜੀ ਖੜਾ ਸੀ, ਕੋਈ ਇਸ਼ਨਾਨ ਕਰਾਈ ਜਾਂਦਾ ਸੀ।
ਸਿੱਖ ਨੇ ਜਾ ਕੇ ਆਖਿਆ ਬਾਬਾ ਜੀ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਨੇ ਬੁਲਾਇਆ। ਪਿਰਥੀ ਚੰਦ ਨੇ ਸੋਚਿਆ ਵੀ ਹੋਰ ਕਾਹਦੇ ਵਾਸਤੇ ਬੁਲਾਇਆ, ਹੁਣ ਗੁਰਤਾ ਗੱਦੀ ਦੇ ਤਿਲਕ ਲਾਉਣਾ ਹੋਣਾ ਹੈ ਤਾਂ ਹੀ ਬੁਲਾ ਰਹੇ ਨੇ। ਕਾਹਲੀ ਕਾਹਲੀ ਤਿਆਰ ਹੋ ਕੇ ਆਇਆ ਅੱਗੇ, ਤਾਂ ਗੁਰੂ ਅਰਜਨ ਦੇਵ ਜੀ ਨੂੰ ਬੈਠਿਆਂ ਦੇਖਿਆ, ਮੂਡ ਹੋਰ ਤਰ੍ਹਾਂ ਦਾ ਹੋ ਗਿਆ। ਵੱਡਾ ਭਰਾ ਜਾਣ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮੱਥਾ ਟੇਕਿਆ, ਉਤਲੇ ਮਨ ਉਹ ਵੀ ਮਿਲਿਆ, ਬੈਠ ਗਏ। ਪਿਰਥੀ ਚੰਦ ਤੇਰੇ ਕੋਲ ਚਿੱਠੀਆਂ ਆਈਆਂ ਲਾਹੌਰ ਤੋਂ ਅਰਜਨ ਦੇਵ ਦੀਆਂ? ਨਹੀਂ ਮਹਾਰਾਜ, ਕੋਈ ਚਿੱਠੀ ਨਹੀਂ ਆਈ ਮੇਰੇ ਕੋਲ। ਜਦੋਂ ਸਿੱਖ ਦੀ ਸ਼ਰਧਾ ਉੱਠਦੀ ਹੈ, ਪਹਿਲੀ ਨਿਸ਼ਾਨੀ ਉਹ ਝੂਠ ਬੋਲਣ ਲੱਗ ਜਾਂਦੇ। ਬਸ ਜਿੱਡੀ ਮਰਜ਼ੀ ਉਹ ਤੋਂ ਭੁੱਲ ਹੋ ਜਾਏ, ਉਹ ਜਾ ਕੇ ਸਤਿਪੁਰਸ਼ਾਂ ਕੋਲ ਆਪਣੀ ਮਿੱਥਿਆ ਬਿਆਨ ਕਰਦੇ, ਉਸੇ ਵੇਲੇ ਹੀ ਖਿਮਾ ਹੋ ਜਾਂਦੀ, ਉਸੇ ਵੇਲੇ ਮਨ ਤੋਂ ਉੱਤਰ ਜਾਂਦੀ ਹੈ। ਜਦੋਂ ਪੰਜ ਪਿਆਰੇ ਪੁੱਛਦੇ ਕਿਉਂ ਕੀ ਕਰਾਇਤ ਕੀਤੀ, ਦੱਸ ਦਿੰਦਾ ਉਸੇ ਵੇਲੇ, ਉਸੇ ਵੇਲੇ ਖਿਮਾ ਹੋ ਜਾਂਦਾ। ਜਿੰਨਾ ਲੁਕਾਉਂਦਾ ਹੈ ਓਨਾ ਹੀ ਵੱਧਦਾ ਜਾਂਦਾ ਕੰਮ, ਫਿਰ ਬਖਸ਼ਣ ਨੂੰ ਥਾਂ ਨਹੀਂ ਹੁੰਦਾ ਹੈ। ਵੀ ਜਿਹੜੀ ਥੰਧਿਆਈ ਨਾਲ ਮੈਲ ਪੈ ਜਾਵੇ, ਫਿਰ ਸਾਬਣ ਨਹੀਂ ਕੰਮ ਕਰਦੀ ਉੱਥੇ ਸਾਧਸੰਗ। ਉਹਨੂੰ ਇਹ ਹੁੰਦਾ ਮੇਰਾ ਪਤਾ ਨਹੀਂ, ਮੈਂ ਚਲਾਕ ਬੜਾ, ਇਹ ਤਾਂ ਡੰਗਰ ਵੀ ਸਮਝ ਲੈਂਦੇ ਨੇ ਤੁਰੇ ਜਾਂਦੇ ਬੰਦੇ ਨੂੰ, ਵੀ ਤੁਰਦਾ ਕਿਵੇਂ ਉਹ ਵੀ ਸਮਝ ਲੈਂਦੇ। ਆਪਾਂ ਤਾਂ ਫਿਰ ਵੀ ਚਲੋ ਇਨਸਾਨ ਹਾਂ, ਵੈਸੇ ਪੂਰਾ ਤਾਂ ਉਹੀ ਹੁੰਦਾ ਜਿਹੜਾ ਬੰਦਗੀ ਕਰਦਾ, ਬਾਕੀ ਸਰੀਰ ਕਰਕੇ ਤਾਂ ਆਪਾਂ ਇਨਸਾਨ ਹੀ ਖਵਾਉਂਦੇ ਨਾ। ਬਾਣੀ ਨੇ ਬੰਦਾ ਉਹਨੂੰ ਆਖਿਆ ਜਿਹੜਾ ਬੰਦਗੀ ਕਰਨ ਵਾਲਾ, ਦੂਜੇ ਨੂੰ ਬੰਦਾ ਖਵਾਉਣ ਦਾ ਹੀ ਅਧਿਕਾਰ ਨਹੀਂ ਹੈ। ਸੋ ਸਤਿਸੰਗ ਜੀ ਝੂਠ ਬੋਲਿਆ, ਚਿੱਠੀ ਤਾਂ ਆਈ ਕੋਈ ਨਹੀਂ ਮਹਾਰਾਜ ਮੇਰੇ ਕੋਲ, ਤਾਂ ਕੋਈ ਚਿੱਠੀ ਨਹੀਂ ਆਈ। ਸਿੱਖ ਭੇਜਿਆ ਇਹਦੀ ਘਰਵਾਲੀ ਕਰਮੋਂ ਪਿਰਥੀ ਜਾਂਦੇ, ਜਾ ਉਹਦੇ ਕੋਲ ਇਸ ਰੰਗ ਦਾ ਇਹਦਾ ਚੋਲਾ ਲੈ ਕੇ ਆ। ਲਿਆਂਦਾ, ਇਹ ਤੇਰਾ ਚੋਲਾ ਹੈ? ਹਾਂ ਮਹਾਰਾਜ ਮੇਰੇ ਹੀ ਹੈ। ਇਹਦੀ ਜੇਬ 'ਚੋਂ ਚਿੱਠੀਆਂ ਕੱਢ ਕੇ ਦੇ। ਗੁਰੂ ਤੋਂ ਪੜਦਾ ਕਿਵੇਂ ਪਾਊਗਾ ਸਤਿਸੰਗ ਜੀ? ਚਿੱਠੀਆਂ ਕੱਢ ਕੇ ਕਹਿੰਦੇ ਅਰਜਨ ਦੇਵ ਦੀਆਂ ਨਹੀਂ ਤਾਂ ਮੇਰੀਆਂ ਨੇ, ਕਿ ਬਹੁਤੀਆਂ ਲਿਖਣੀਆਂ ਜਾਣਦਾ ਹੈ। ਟੀਠ ਹੋ ਗਿਆ ਨਾ ਫਿਰ, ਕਿਉਂਕਿ ਫਿਰ ਤਾਂ ਥੱਲੇ ਨੂੰ ਜਾਈ ਜਾਣਾ, ਗਾਰੇ 'ਚ ਗੱਡ ਗਿਆ, ਜਿੰਨਾ ਹਿਲਦਾ ਥੱਲੇ ਨੂੰ ਜਾਂਦਾ ਫਿਰ। ਇਹ ਤਾਂ ਗੁਰੂ ਇਹ ਖਿੱਚ ਕੇ ਫਿਰ ਕੱਢ ਦੇਵੇ, ਨਹੀਂ ਤਾਂ ਉਹਦਾ ਹੀਲਾ ਕੋਈ ਨਹੀਂ ਹੁੰਦਾ। ਬਸ ਮਹਾਰਾਜ ਕਹਿੰਦੇ ਚੱਲ ਇਹ ਵੀ ਮੰਨ ਲੈਂਦੇ ਹਾਂ ਤੇਰੀਆਂ ਹੋਣਗੀਆਂ, ਤਿੰਨ ਪਦ ਸ਼ਬਦ ਲਿਖੇ ਗਏ, ਚੌਥਾ ਰਹਿੰਦਾ ਹੈ, ਤੂੰ ਚਾਰ ਕੇ ਪੂਰਾ ਕਰਦੇ, ਅਸੀਂ ਸਮਝਾਂਗੇ ਤੇਰੀਆਂ ਹੀ ਨੇ। ਹੁਣ ਜਿੱਥੇ ਕਪਟ ਹੈ, ਜਿੱਥੇ ਈਰਖ ਹੈ, ਜਿੱਥੇ ਦੁਬਧਾ ਦਾ ਭਰਿਆ ਹਿਰਦਾ, ਉੱਥੇ ਭਾਵੇਂ ਜਿੰਨਾ ਮਰਜ਼ੀ ਜ਼ਬਾਨ ਦਾ ਵੈਗਰੂ 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 ਰਾਮ ਰਾਮ ਰਾਮ, ਉਹ ਗਲ ਦੇ ਉੱਤੇ ਉੱਤੇ ਰਹੇਗਾ, ਅੰਦਰ ਨਹੀਂ ਜਾਏਗਾ, ਅੰਦਰ ਥਾਂ ਹੀ ਨਹੀਂ ਹੈ ਜਾਣ ਨੂੰ। ਭਾਂਡਾ ਖਾਲੀ ਹੋਊਗਾ ਤਾਂ ਜਾਊਗਾ ਅੰਦਰ, ਵਸਤੂ ਪਏਗੀ, ਅੰਦਰ ਤਾਂ ਪਹਿਲੇ ਹੀ ਭਰਿਆ ਹੋਇਆ। ਚੁੱਪ ਕਰ ਗਿਆ, ਨੀਵੀਂ ਪਾ ਲਈ। ਮਹਾਰਾਜ ਕਹਿੰਦੇ ਅਰਜਨ ਦੇਵ ਚੌਥਾ ਪਾਦ ਉਚਾਰਨ ਕਰੋ। ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ, ਇਹਦੇ ਵਿੱਚ ਨਾਨਕ ਸ਼ਬਦ ਆਇਆ ਚੌਥੇ ਪਦ ਵਿੱਚ, ਇਹ ਮਹਾਰਾਜ ਦੀ ਹਜ਼ੂਰੀ 'ਚ ਬੈਠ ਕੇ ਉਚਾਰਿਆ, ਤਿੰਨ ਪਦਾਂ ਵਿੱਚ ਨਾਨਕ ਸ਼ਬਦ ਨਹੀਂ ਆਇਆ। ਮੈਂ ਭਾਗਾ ਵਾਲਾ ਜੀ ਦਰਸ਼ਨ ਹੋ ਗਏ ਦਰਸ਼ਨ, ਮੈਂ ਭਾਗਾ ਵਾਲਾ ਜੀ ਦਰਸ਼ਨ ਹੋ ਗਏ ਦਰਸ਼ਨ ਹੋ ਗਏ, ਜੀ ਮੈਂ ਭਾਗਾ ਵਾਲਾ
ਭਾਗ ਹੋਆ ਗੁਰ ਸੰਤ ਮਲਾਇਆ। ਵੱਡੇ ਭਾਗਾਂ ਕਰਕੇ ਸਾਨੂੰ ਸੰਤ ਬਾਬਾ ਬੁੱਢਾ ਸਾਹਿਬ ਆ ਕੇ ਮਿਲੇ। ਸੰਤ ਦਾ ਕੰਮ ਹੁੰਦਾ ਗੁਰੂ ਨਾਲ ਮਿਲਾ ਦੇਣਾ। ਬਸ ਜਿਹੜੇ ਸੰਤ ਆਪਣੇ ਨਾਲ ਮਿਲਾਉਂਦੇ ਨੇ ਸਾਨੂੰ ਉਸ ਰਸਤੇ ਲੰਘਣ ਦਾ ਹੁਕਮ ਨਹੀਂ ਹੈ। ਬੁਲਾ ਕੇ ਲੰਘ ਜਾਣਾ ਚਾਹੀਦਾ 10 ਕਿਲੋਮੀਟਰ ਭਾਵੇਂ। ਜਿਹੜੇ ਆਪ ਗੁਰੂ ਨਾਲ ਜੁੜੇ ਨੇ ਅਤੇ ਸਾਨੂੰ ਗੁਰੂ ਨਾਲ ਜੋੜਦੇ ਨੇ, ਆਪਾਂ ਉਹਨਾਂ ਦੀ ਸੰਗਤ ਕੀਤੀ ਹੈ ਸਾਧ ਸੰਗਤ 'ਚ। ਬਾਕੀ ਆਪਣੇ ਥਾਂ ਸਾਰੇ ਚੰਗੇ ਨੇ, ਪਰ ਸਾਨੂੰ ਤਾਂ ਇਹੀ ਵੱਡਿਆਂ ਤੋਂ ਲੱਗ ਕੇ ਕਿ ਆਪ ਗੁਰੂ ਗ੍ਰੰਥ ਸਾਹਿਬ 'ਤੇ ਸ਼ਰਧਾ ਰੱਖਦੇ, ਬਾਣੀ ਪੜ੍ਹੋ ਭਾਈ, ਸ਼ਰਧਾ ਰੱਖੋ, ਸੇਵਾ ਸੰਗਤ ਕਰੋ। ਉਹਨਾਂ ਨੇ ਇਹ ਨਹੀਂ ਆਖਿਆ ਸੰਤਾਂ ਨੂੰ ਮੰਨੋ, ਸੰਤਾਂ ਨਾਲ ਜੁੜ ਜਾਓ। ਕਿਤੇ ਕਿਸੇ ਨੇ ਆਖਿਆ ਵੀ ਉੱਠ ਕੇ ਸੰਗਤ 'ਚ ਦੱਸ ਦਿਓ, ਮੈਨੂੰ ਕਿਹਾ ਸੀ ਵੀ ਸਾਡੇ ਨਾਲ ਜੁੜ ਜਾ ਤੂੰ। ਕਹਿੰਦੇ ਭਾਈ ਬਾਣੀ ਨਾਲ ਜੁੜੋ, ਅਮਰ ਛਕੋ, ਬਾਣੀ ਦਾ ਵੱਧ ਤੋਂ ਵੱਧ ਨਿਤਨੇਮ ਕਰੋ। ਇਹ ਪੁੱਛਦੇ ਕਿੰਨਾ ਨਿਤਨੇਮ ਕਰਦਾ, ਸਿਮਰਨ ਕਿੰਨਾ ਕਰਦਾ ਹੁੰਦਾ, ਆਪਾਂ ਨਹੀਂ ਪੁੱਛਦੇ ਦੇਖਦੇ ਵੀ, ਕਿਉਂਕਿ ਆਪਾਂ ਕਰਨਾ ਹੀ ਨਹੀਂ ਪੁੱਛੀਗਾ ਤੂੰ। ਜਿਹੜੇ ਪਿੰਡ ਇੰਜਣਾ ਰਾਹ ਕਾਹਨੂੰ ਪੁੱਛਣਾ ਉਹਦਾ ਆਪਾਂ। ਇਸ ਕਰਕੇ ਅੱਗੇ ਪੁਰਾਣੇ ਸਿੰਘ ਪੁੱਛਦੇ ਹੁੰਦੇ ਕਿੰਨੇ ਵਜੇ ਉੱਠਦਾ ਹੁੰਦਾ ਹੈ, ਨਿਤਨੇਮ ਕਿੰਨਾ ਤੇਰਾ, ਕਿੰਨੀਆਂ ਮਾਲਾ ਮੂਲ ਮੰਤਰ ਦੀਆਂ, ਗੁਰਮੰਤਰ ਦੀਆਂ। ਹੁਣ ਹੋਰ ਕੁਛ ਪੁੱਛਦੇ ਨੇ, ਪੁੱਛਦੇ ਤਾਂ ਹੁਣ ਵੀ ਨੇ, ਹੋਰ ਕੁਛ ਪੁੱਛਦੇ ਹਨ। ਪੁੱਠਾ ਪਾਣੀ ਜਾ ਰਿਹਾ ਭੇਵੇ ਕਿ ਨਹੀਂ, ਗੰਗਾ ਦਾ ਜਾਣਾ ਤਾਂ ਹਰਿਦੁਆਰ ਨੂੰ ਸੀ। ਸੋ ਸਾਧ ਸਿੰਘ ਜੀ, ਇਹ ਮਹਾਰਾਜ ਨੇ ਫਿਰ ਚੌਥਾ ਪਦ ਮਾਰ ਦੇ ਚਰਨਾਂ 'ਚ ਬੈਠ ਕੇ ਉਚਾਰਿਆ, ਭਾਗ ਹੋਆ ਗੁਰ ਸੰਤ ਮਿਲਾਇਆ। ਗੁਰੂ ਨੇ ਸੰਤ ਮਿਲਾਇਆ, ਕਿਹੜਾ ਸੰਤ? ਬਾਬਾ ਬੁੱਢਾ ਸਾਹਿਬ। ਅਤੇ ਉਹਨਾਂ ਨੇ ਕੀ ਕਰਿਆ, ਪ੍ਰਭ ਅਵਨਾਸੀ ਘਰ ਮੈਂ ਪਾਇਆ, ਲਿਆ ਕੇ ਗੁਰੂ ਰਾਮਦਾਸ ਮਾਰਨ ਨੂੰ ਮਿਲਾਇਆ। ਸੇਵ ਕਰੀ ਪਲ ਚੱਸਾ ਨਾ ਵਿਛੜਾ, ਜਾਂ ਨਾਨਕ ਦਾਸ ਤੁਮਾਰੇ ਜੀ ਹਉ ਘੋਲੀ ਜੀ ਉਹ ਘੋਲ ਘੁਮਾਈ, ਜਨ ਨਾਨਕ ਦਾਸ ਤੁਮਾਰੇ ਜੀ। ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ। ਗੁਰੂ ਰਾਮਦਾਸ ਮਾਰ ਨੇ 5 ਪੈਸੇ ਅਤੇ ਨਾਰੀਅਲ ਰੱਖਿਆ ਅੱਗੇ, 4 ਪਰਿਕਰਮਾਂ ਕੀਤੀਆਂ, ਮੱਥਾ ਟੇਕਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ 'ਤੇ। ਗੁਰੂ ਰਾਮਦਾਸ ਮਹਾਰਾਜ, ਬਾਬਾ ਬੁੱਢਾ ਸਾਹਿਬ ਜੀ ਨੇ ਗੁਰਤਾ ਗੱਦੀ ਦਾ ਤਿਲਕ ਲਾ ਦਿੱਤਾ। ਆਪ ਮਹਾਰਾਜ ਗੋਇੰਦਵਾਲ ਸਾਹਿਬ ਚਲੇ ਗਏ। ਸੋ ਉੱਥੇ ਜਾ ਕੇ ਪਿਰਥੀ ਚੰਦ ਨੇ ਝਗੜਾ ਵੀ ਕੀਤਾ ਗੁਰੂ ਰਾਮਦਾਸ ਮਹਾਰਾਜ ਦੇ ਨਾਲ। ਮਹਾਰਾਜ ਕਹਿੰਦੇ ਕਾਹੇ ਪੂਤ ਝਗੜਤ ਹੋ ਸੰਗ ਬਾਪ, ਉਹ ਕਿਉਂ ਝਗੜਦਾ, ਇਹ ਤਾਂ ਪਰਮਾਤਮਾ ਵੱਲੋਂ ਜਿਹਨੂੰ ਮਿਲਣੀ ਹੈ ਦਾਤ ਪਹਿਲੇ ਲਿਖੀ ਹੋਈ। ਸੋ ਇਹ ਸਾਉਣ ਦਾ ਮਹੀਨਾ ਜਿਹੜਾ ਬਰਾਗੀ ਪੁਰਸ਼ਾਂ ਵਾਸਤੇ ਵੀ ਸੁਖ ਰੂਪ ਨਹੀਂ ਹੁੰਦਾ ਹੈ। ਸੋ ਅੱਜ ਦੇ ਦਿਨ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਦਬਲਾਣ ਤੋਂ, ਭਾਵੇਂ ਥੋੜ੍ਹਾ ਚਿਰ ਪਹਿਲਾਂ ਰਾੜਾ ਸਾਹਿਬ ਵੀ ਮਹਾਰਾਜ ਆਏ ਨੇ ਸੇਵਾ, ਫਿਰ ਹੁਕਮ ਕੀਤਾ ਦਬਲਾਣ, ਬਹੁਤ ਲੰਮਾ ਸਮਾਂ ਕੋ 22-24 ਸਾਲ ਲੰਗਰ ਦੀ ਸੇਵਾ ਕੀਤੀ ਉਹਨਾਂ ਨੇ। ਫਿਰ 24 ਜੁਲਾਈ ਨੂੰ ਅਤੇ 9 ਸਾਵਣ ਅੱਜ ਦੇ ਦਿਨ ਮਹਾਂਪੁਰਸ਼ ਇੱਥੇ ਆਏ ਸੀ। 20 ਸਾਲ ਮਹਾਰਾਜ ਰਹੇ ਆ। ਫਿਰ 83 ਤੋਂ ਲੱਗ ਕੇ 3 ਤੱਕ ਜੁਲਾਈ 'ਚ ਆਏ ਸੀ, ਜੂਨ 'ਚ ਮਹਾਰਾਜ ਨੇ ਸਰੀਰ ਛੱਡਿਆ। 20 ਸਾਲ ਤੋਂ ਕੁਛ ਦਿਨ ਘੱਟ ਸੀ। ਇਹ ਸਾਡੇ ਭਲੇ ਵਾਸਤੇ ਆਪਾਂ ਨੂੰ ਮਹਾਂਪੁਰਸ਼ ਸਿੱਖੀ ਦੀ ਦਾਤ, ਸੇਵਾ ਸਿਮਰਨ ਦੀ, ਜਿਨ੍ਹਾਂ ਨੂੰ ਬਖਸ਼ ਗਏ ਨੇ। ਸੇਵਕ ਦਾ ਫਰਜ਼ ਹੁੰਦਾ ਹੁਕਮ ਮੰਨਣਾ, ਗੁਰੂ ਦਾ ਫਰਜ਼ ਹੁੰਦਾ ਫਿਰ ਸਿੱਖ ਦਾ ਭਲਾ ਕਰਨਾ। ਜੇ ਆਪਾਂ ਹੁਕਮ ਮੰਨਾਂਗੇ ਤਾਂ ਫਿਰ ਉਹ ਆਪਣਾ ਫਰਜ਼ ਅਦਾ ਕਰਨਗੇ ਸਾਧ ਸੰਗਤ। ਸੋ ਹੁਕਮ ਮੰਨੀਏ, ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ, ਉਹ ਕਿਤੇ ਨਹੀਂ ਜਾਂਦੇ ਹੁੰਦੇ, ਉਹ ਲਾਜਾ ਕਰ ਲੈਂਦੇ ਹੁੰਦੇ ਨੇ ਸਰੀਰ। ਅੱਜ ਵੀ ਜਿਹੜੇ ਸ਼ਰਧਾ ਨਾਲ ਆਉਂਦੇ ਨੇ, ਮਨੋਕਾਮਨਾ ਉਹਨਾਂ ਦੀਆਂ ਗੁਰੂ ਸਦਾ ਹੀ ਪੂਰੀਆਂ ਕਰਦਾ। ਮਨਸਾ ਧਾਰ ਜੋ ਘਰ 'ਤੇ ਆਵੇ, ਸਾਧ ਸੰਗਤ ਜਨ ਮਰਨ ਮਿਟਾਵੇ, ਸਗਲ ਮਨੋਰਥ ਪੂਰਨ ਹੋਵੇ, ਭੇਟ ਤ ਗੁਰਦਰਸਾਇਆ ਜੀਓ। ਸੋ ਗੁਰੂ ਵਾਲੇ ਬਣੀ ਅੱਜ 45 ਸਿੰਘਾਂ ਨੇ ਖੰਡੇ ਵੱਟੇ ਦਾ ਅੰਮ੍ਰਿਤ ਛਕਿਆ, ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ। ਬਾਕੀ ਜਿੰਨੇ ਜਥੇਦਾਰ ਮਹਾਂਪੁਰਸ਼ਾਂ ਦੇ ਮਾਂ ਆਏ ਨੇ, ਸਾਰਿਆਂ ਦਾ ਧੰਨਵਾਦ।
ਸੰਗਤ ਵਿੱਚ ਵਿਦਵਾਨ ਕਥਾਵਾਚਕ ਕੁਲਸ਼ੇਤਰ ਤੋਂ ਅਤੇ ਚੀਕਾ ਨੌਵੇਂ ਪਾਤਸ਼ਾਹ ਮਰਦ ਉਹ ਵੀ ਪਹੁੰਚੇ, ਉਹਨਾਂ ਦਾ ਵੀ ਧੰਨਵਾਦ ਸਾਰੀ ਸੰਗਤ ਦਾ, ਅਤੇ ਸਭ ਤੋਂ ਜ਼ਿਆਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੀ ਕਿਰਪਾ ਨਾਲ ਆਪਾਂ ਇਹ ਕਲਯੁੱਗ ਦੇ ਭਿਆਨਕ ਸਮੇਂ ਦੇ ਵਿੱਚ ਵੀ ਸਾਨੂੰ ਆਪਣੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਬਖਸ਼ਿਆ ਅਤੇ ਬਖਸ਼ਦੇ ਰਹਿਣ। ਹੋਈਆਂ ਭੁੱਲਾਂ ਦੀ ਖਿਮਾ, ਗੁਰੂ ਅਸਤੋਤਰ ਵਿੱਚ ਬੋਲੋ ਅਰਦਾਸ ਹੁਕਮਨਾਮਾ ਸਾਹਿਬ ਸਰਵਣ ਕਰਕੇ ਕੁਛ ਬੇਨਤੀਆਂ ਬਾਅਦ ਵਿੱਚ ਬਾਬਾ ਗੁਰਸੇਵਕ ਸਿੰਘ ਜੀ ਆਪ ਜੀ ਨੂੰ ਕਰਨਗੇ, ਫਿਰ ਸੰਗਤਾਂ ਨੇ ਜਿਨ੍ਹਾਂ ਨੇ ਲੰਗਰ ਨਹੀਂ ਛਕਿਆ ਛੱਕ ਕੇ ਖੁਸ਼ੀਆਂ ਲੈ ਕੇ ਫਿਰ ਬਾਣੀ ਪੜ੍ਹਦੇ ਜਾਣਾ ਹੈ, ਬਾਣੀ ਪੜ੍ਹਦੇ ਆਉਣਾ, ਬਸ ਇਹੀ ਸਤਸੰਗ ਦੀ ਨਿਸ਼ਾਨੀ ਹੁੰਦੀ ਹੈ। ਜਦੋਂ ਚੱਲਣਾ ਉਦੋਂ ਤੋਂ ਸਤਨਾਮ ਵਾਹਿਗੁਰੂ, ਕੋਈ ਬਾਣੀ ਦਾ ਪਾਠ, ਕੋਈ ਗੁਰੂ ਘਰ ਦੀ ਕਥਾ ਵਾਰਤਾ ਕਰਦੇ ਆਉਣਾ, ਘਰ ਦੇ ਖਿਆਲ ਛੱਡ ਕੇ ਉੱਥੋਂ ਘਰੋਂ ਫਿਰ ਤੁਰਨਾ, ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਈ, ਕੋਈ ਖਿਆਲ ਨਾਲ ਲੈ ਕੇ ਨਹੀਂ ਆਉਣਾ ਘਰ ਦਿਓ। ਜਦੋਂ ਜਾਵਾਂਗੇ ਫਿਰ ਤਾਂ ਚਲੋ ਉਰਾਂ ਹੀ ਮਿਲ ਪੈਣਗੇ, ਪਿੰਡ ਦੀ ਜੂਹ ਤੋਂ ਆ ਕੇ ਉਰਾਂ ਹੀ ਹੋ। ਇਸ ਕਰਕੇ ਇਹ ਨਿਸ਼ਾਨੀ ਹੈ ਗੁਰਸਿੱਖਾਂ ਦੀ। ਮਹਾਂਪੁਰਸ਼ ਕਹਿੰਦੇ ਟਰਾਲੀਆਂ 'ਚ ਆਉਂਦੇ ਹੋ, ਬਾਣੀ ਪੜ੍ਹਦੇ ਜਾਇਆ ਕਰੋ, ਹਰ ਇੱਕ ਪਿੰਡ ਕੋਲ ਜਾ ਕੇ ਜਕਾਰਾ ਛੱਡਿਆ ਕਰੋ, ਪਤਾ ਲੱਗੇ ਗੁਰੂ ਕੀ ਸੰਗਤ ਗੁਰੂ ਨੂੰ ਦਰਸ਼ਨ ਕਰਕੇ ਆਈ ਹੈ, ਉਹਨਾਂ ਨੂੰ ਵੀ ਗੁਰੂ ਚੇਤੇ ਆ ਜਾਂਦੇ। ਹੁਣ ਚਲੋ ਗੱਡੀਆਂ 'ਚ ਆਉਂਦੇ, ਹੁਣ ਬਾਹਰ ਤਾਂ ਨਹੀਂ ਪਤਾ ਲੱਗਣਾ, ਸ਼ੀਸ਼ੇ ਬੰਦ ਹੁੰਦੇ ਆ, ਚਲੋ ਬਾਣੀ ਪੜ੍ਹਦੇ ਆਉਣਾ ਚਾਹੀਦਾ ਭਾਈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਹਰ ਕ੍ਰਿਸ਼ਨ ਸਾਹਿਬ, ਧੰਨ ਧੰਨ ਹੈ ਧੰਨ ਹੈ ਧੰਨ ਹੈ ਗੁਰ ਤੇਗ ਬਹਾਦਰ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ ਖਾਲਸਾ, ਧੰਨ ਹੈ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਬੋਲ ਕਦੇ ਲਾਡੋ, ਵਾਹਿਗੁਰੂ ਬੋਲ ਕਦੇ ਲਾਡੋ, ਸਤਨਾਮ ਸ੍ਰੀ ਵਾਹਿਗੁਰੂ।